हाई कोर्ट ने परोल की जी रिक्वेस्ट है नामंजूर की आ और क्या वा कि जे इनू परोल से छड़ दिता गया तो बाद फड़ना जड़ा बड़ा औखा वा पर जी सपोर्ट है उन्हों हरियाणा सरकार दी क्योंकि हरियाणा सरकार दे दो मंत्री कैबिनेट मंत्री अनिल विज ते कृष्ण पावर ने कहा कि ए जड़ा वा राम रहीम एदा जड़ा बिहेवियर आ करैक्टर आ ये जेल दे विच बहुत चंगा रहा वा इस कारण करके इन एक महीने की तो जी परोल मिलनी चाहिए आ। सो अज के शो दे विच मेरे नाल साडे बहुत ही सत्कार जो भाई साहब भाई सतनाम सिंह जी बल जिहड़े बड़े चिरां तों सिख चल दी निष्काम सेवा कर रहे आ ते गुरुद्वारे दीआं कमेटियां दे विच वी इन्हां ने बड़ा योग पाया वा डरबी तों। सो गुरु प्यारो आपां एक सारा ही जिहड़ा सिख चैनल आ एक वर्ल्ड दे विच एक अपनी सारी फैमिली बन चुकी है सारा एक अपना टीम वर्क बन चुका सिख चैनल हमेशा हक दी ते सच दी गल करदा गुरु ग्रंथ दी ते पंथ दी गल करदा सच दा सच ते झूठ दा झूठ जिहड़ा वा वह जिदा मेरे पिछे लगी आ तकड़ी उहदे विच पूरा दस दिंदा वा पर साडियां सरकारां की हक ते सच दी गल करदियां ते तुहानूं वी राइट आ कि तुसां वी अपने विचार देने क्योंकि सरसा साध बारे कौन नहीं का जाणदा समय समय सिर लैणा खोलांगे थोड़े जिहे चिर तों बाद जिहड़े वी घर बैठे आ क्योंकि हुण टाइम वी शाम हो गई आ बच्चे बुढ़े बजुर्ग सारयां दा दिल दुखदा रहा जदों जदों ये हरकतां हुंदियां रहियां ते तुहानूं वी राइट आ तुहाडा वी असीं टाइम देवांगे तुहानूं वी गल करन दा ते भाई सतनाम सिंह बल जी ਤੁਹਾਡਾ ਧੰਨਵਾਦ ਹੈ ਸਿੱਖ ਚੈਨਲ ਦੇ ਸਟੂਡੀਓ ਵਿੱਚ ਮੇਰੇ ਨਾਲ ਸਾਥ ਦੇਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਚੰਗੀ ਤਰ੍ਹਾਂ ਪਤਾ ਹੈ ਸਰਸੇ ਸਾਧ ਬਾਰੇ ਕਿ ਕਿਸ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਗਈ ਸੀ ਕਿਸ ਤਰ੍ਹਾਂ ਬਹੁਤ ਮੁਸ਼ਕਲ ਆ ਗਈ ਸੀ ਜਦੋਂ ਇਹਨੂੰ ਫੜ ਕੇ ਅੰਦਰ ਕੀਤਾ ਗਿਆ ਅਤੇ ਇਹ ਜਿਹੜੀ ਪਰੋਲ ਆ ਜੇ ਇਹ ਵੀ ਜਸਟਿਸ ਕੁਲਦੀਪ ਸਿੰਘ ਜਿਹੜਾ ਹਰਿਆਣਾ ਦੇ ਪੰਜਾਬ ਹਾਈਕੋਰਟ ਦਾ ਜਿਹੜਾ ਜੱਜ ਆ ਉਹ ਕਹਿੰਦਾ ਜੇ ਪਰੋਲ ਦੀ ਵੀ ਗੱਲ ਕਰੀਏ ਅਤੇ ਪਰੋਲ ਘੱਟੋ ਘੱਟ 2 ਸਾਲ ਤੋਂ ਪਹਿਲਾਂ ਵਿਚਾਰ ਨਹੀਂ ਕੀਤਾ ਜਾ ਸਕਦਾ ਇਹਨੂੰ ਕਿਹੜੇ ਆਧਾਰ ਦੇ ਉੱਤੇ ਪਰੋਲ ਦਿੱਤੀ ਜਾ ਰਹੀ ਹੈ ਪਰ ਸਰਕਾਰ ਜਿਹੜੀ ਆ ਹਰਿਆਣੇ ਦੀ ਉਹ ਕਹਿੰਦੀ ਹੈ ਜੀ ਇਹ ਚੰਗਾ ਬੜਾ ਇਹ ਕਰੈਕਟਰ ਬੜਾ ਵਧੀਆ ਇਹਨੂੰ ਪਰੋਲ ਦੇਣੀ ਚਾਹੀਦੀ ਆ ਇਸ ਰਾਮ ਰਹੀਮ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜੀ ਗੱਲਬਾਤ ਆਪਾਂ ਜੇ ਅਸਲੀਅਤ ਦਾ ਦੇਖਿਆ ਜਾਵੇ ਜਦੋਂ ਗੌਰਮੈਂਟਾਂ ਚੇਂਜ ਹੁੰਦੀਆਂ ਹੈਗੀਆਂ ਜਿਹੜੀ ਗੌਰਮੈਂਟ ਘੱਟ ਗਿਣਤੀ ਵਿੱਚ ਆਉਂਦੀ ਆ ਘੱਟ ਮੈਂਬਰ ਜਿੱਤਦੇ ਆ ਉਹ ਫਿਰ ਕੋਈ ਨਵੀਂ ਗੇਮ ਖੇਡਦੇ ਹੈਗੇ ਆ ਉਹ ਬੰਦਾ ਲੱਭਦੇ ਕਿਹਦੇ ਪਿੱਛੇ ਵੋਟ ਹੈਗੀ ਆ ਉਸ ਬੰਦੇ ਬਾਰੇ ਫਿਰ ਉਹ ਜਿਹੜੀਆਂ ਹੈਗੀਆਂ ਪਾਰਟੀਆਂ ਇਹ ਚਾਹੁੰਦੀਆਂ ਹੁੰਦੀਆਂ ਵੀ ਇਸ ਆਦਮੀ ਨੂੰ ਕਿੱਦਾਂ ਵਰਤਿਆ ਜਾਊਗਾ ਬਾਹਰ ਲਿਆ ਕੇ ਔਰ ਇਹਦੀ ਜਿਹੜੀ ਵੋਟ ਹੈਗੀ ਕਿੱਦਾਂ ਆਪਣੇ ਹੱਕ ਵਿੱਚ ਕਿਉਂਕਿ ਅਗਲੇ 2 ਸਾਲ ਨੂੰ ਵੋਟ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਵੋਟ ਦੇ ਬੈਂਕ ਹੁਣ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਆ ਅਤੇ ਹਰ ਇੱਕ ਪਾਰਟੀ ਇਹੋ ਜ਼ੋਰ ਲਾ ਰਹੀ ਹੈ ਕਿ ਇਸ ਤਰ੍ਹਾਂ ਪਰੋਲ 'ਤੇ ਬਾਹਰ ਆ ਜਾਣ ਇੱਕ ਮੈਂ ਧੜੀ ਗੱਲ ਤਾਂ ਕਿਤੇ ਇਹੀ ਕਾਰਨ ਨਹੀਂ ਵੋਟਾਂ ਦਾ ਜਿਹੜਾ ਵਾ ਸਿਆਸਤ ਦਾ ਕਿ ਜਦੋਂ ਇਲੈਕਸ਼ਨ ਹੋਣ ਡਈ ਸੀ ਪੰਜਾਬ ਦੇ ਵਿੱਚ ਉਦੋਂ ਵੀ ਇਹਨੂੰ ਇਸ ਕਾਰਨ ਕਰਕੇ ਪਰੋਲ ਮੰਗ ਰਿਹਾ ਕਿ ਮੈਂ ਆਪਣੀ ਧੀ ਹਨੀਪ੍ਰੀਤ ਦੇ ਵਿਆਹ ਦੇ ਵਿੱਚ ਜਾਣਾ ਵਾਂ ਉਦੋਂ ਵੀ ਗੇਮ ਚੱਲ ਰਹੀ ਸੀ ਕੀ ਕਹਿਣਾ ਚਾਹੋਗੇ ਇਹ ਜਿਹੜੀ ਗੇਮ ਹੁੰਦੀ ਪੋਲੀਟੀਕਲ ਦੀ ਗੇਮ ਜਿਹੜੀ ਹੁੰਦੀ ਆ ਕਿਉਂਕਿ ਇਹਦੇ ਜਦੋਂ ਅੰਦਰ ਮੇਲ ਜੋਲ ਇਹਨਾਂ ਦਾ ਹੁੰਦਾ ਇਹ ਕਹਿੰਦੇ ਜੀ ਆ ਹੁਣ ਟਾਈਮ ਜਿਹੜਾ ਹੈਗਾ ਹੈਗਾ ਹੁਣ ਟਾਈਮ ਬਾਹਰ ਜਾਣ ਦਾ ਤੁਹਾਡਾ ਬਣਦਾ ਚਾਂਸ ਵੀ ਹੁਣ ਤੁਹਾਡੀ ਕਿਸੇ ਨੇ ਮੁਖਾਲਫਤ ਨਹੀਂ ਕਰਨੀ ਹੈਗੀ ਜਿਹੜੀ ਅਸਲੀ ਗੌਰਮੈਂਟ ਹੁੰਦੀ ਆ ਇਹ ਵੀ ਗੌਰਮੈਂਟ ਕੋਈ ਮੁਖਾਲਫਤ ਨਹੀਂ ਕਰਦੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਜੇ ਇਹ ਬੰਦੇ ਨੂੰ ਪਰੋਲ ਮਿਲ ਗਈ ਅਤੇ ਇਹਦੀ ਜਿਹੜੀ ਵੋਟ ਵਾ ਉਹ ਸਾਰੀ ਸਾਡੇ ਕੋਲੋਂ ਜਾਂਦੀ ਰਹਿਣੀ ਆ ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਹੈਗਾ ਆ ਭਾਵਾਂ ਇਹ ਜਿਹੜਾ ਵੋਟ ਦੇਣ ਦਾ ਅਧਿਕਾਰ ਸੀਗਾ ਲੋਕਤੰਤਰ ਰਾਜ ਸੀਗਾ ਉਹਦੇ ਵਿੱਚ ਇੱਕ ਪੜ੍ਹੇ ਲਿਖੇ ਇਨਸਾਨਾਂ ਵਾਸਤੇ ਗਿਣਿਆ ਗਿਆ ਸੀ ਜਿਹਨਾਂ ਨੂੰ ਲੋਕਤੰਤਰ ਢਾਂਚੇ ਦਾ ਪਤਾ ਸੀਗਾ ਉਹਨਾਂ ਵਾਸਤੇ ਸੀ ਇਹ ਹਜੇ ਸਾਡੇ ਲੋਕਾਂ ਵਿੱਚ ਇੰਨੀ ਜਾਗਰਤੀ ਨਹੀਂ ਆਈ ਵੀ ਆਪਣੀ ਵੋਟ ਦਾ ਹੱਕ ਕਿੱਦਾਂ ਕਰਨਾ ਹੈਗਾ ਅਸੀਂ ਇਹ ਕਹਿੰਦੇ ਹੈਗੇ ਵੀ ਜਿੱਦਾਂ ਬਹੁਤ ਜ਼ਿਆਦਾ ਨਾ ਪ੍ਰਭਾਵ ਹੋ ਜਾਂਦੇ ਹਾਂ ਵੀ ਸਾਡਾ ਕਿਉਂਕਿ ਜਿਹੜੇ ਉਹਨੂੰ ਮੰਨਣ ਵਾਲੇ ਹੈਗੇ ਆ ਉਹ ਤਾਂ ਉਹਨੂੰ ਰੱਬ ਹੀ ਮੰਨਦੇ ਆ ਭਾਵਾਂ ਅਸੀਂ ਕਹਿੰਦੇ ਹੈਗੇ ਵੀ ਅਸੀਂ ਅਕਾਲ ਪੁਰਖ ਦੇ ਉਪਾਸ਼ਕ ਹੈਗੇ ਹਾਂ ਹੈ ਨਾ ਪਰ ਜਿਹੜੇ ਉਹਦੇ ਨਾਲ ਜੁੜੇ ਹੈਗੇ ਆ ਉਹਦੇ ਚੇਲੇ ਉਹਦੇ ਚੇਲੇ ਜਿਹੜੇ ਹੈਗੇ ਆ ਉਹ ਕਹਿੰਦੇ ਹੈਗੇ ਵੀ ਸਾਡਾ ਪਰਮਾਤਮਾ ਇਹੋ ਆ ਹਾਂ ਅਤੇ ਅੱਗੇ ਉਹ ਵੀ ਇਹ ਕਹਿੰਦਾ ਤੁਹਾਡਾ ਸਾਜੇ ਦਾ ਇੱਕ ਵਿੰਗਣ ਬਤਾਊ ਜਿਹੜਾ ਹੈਗਾ ਆ ਉਹ ਘੱਟੋ ਘੱਟ ਹਜ਼ਾਰਾਂ ਵਿੱਚ ਵਿਕਦਾ ਹੋਵੇ ਪ੍ਰਸ਼ਾਦ ਦੇ ਰੂਪ ਵਿੱਚ ਉਹ ਬੰਦਾ ਖੇਤੀ ਵਾਸਤੇ ਕਿਉਂ ਨਾ ਆਖੂਗਾ ਵੀ ਮੈਨੂੰ ਘਾਟਾ ਹੀ ਨਾ ਪੈਣ ਡਿਆ ਆ
हाँ जी जिदा उन्हें जी खेती वो हैगी सी खेती कोई ये नहीं सी भी वह किसी गरीबों वास्ते करता वो एक प्रसाद बनाने वास्ते एक बनाया होया इनकमदार साधन बनाया होया ये जी बाबा जी के हाथी पानी दिता हुआ बाबा जी दे ते कृपा हुई पी है जिहड़ा खाऊगा जिहड़ा सब्जी बनाऊगा ओदियां पौंबारां हो जाणगियां। बल साहब जी के धन धन साहब श्री गुरु ग्रंथ साहब जिहड़ी आ ये खुद अकाल पुरख आ की कारण आ कि गुरु का सिख एक सिख होण दे नाते जिहड़ा वा गुरु ग्रंथ साहब का सत्कार छड्ड के ते ये जिहड़े नकली बाबे आ उन्हां दे चुगल च जाके फसदा जा रहा इहदा कारण की आ क्योंकि प्यारे दर्शको वेखो इहो जिहे डेरे आ मेरे कहण दा कोई जरूरी नहीं गा तुसीं जाणदे जे पंजाब दे विच राम रहीम नूं ते कह दोगे कि इहो जिहे डेरे खतरनाक आ जदों कदे उभर के सामने आ गए गौरमेंट को कंट्रोल करना मुश्किल हो जाणा ते जे उहनां दे विच झाती मारी उहनां दे शरधालूआं दी बड़े मैं दुख ना कहिणा ते उहदे विच बहुत ज़्यादा सिखी आ कि सिख किधर नूं तुर पए आ क्योंकि जिहड़ी गुरबाणी हैगी धुरकी बाणी आई तिन सगली चिंत मिटाई जा बाणी गुरु गुरु है बाणी विच बाणी अमृत सारे गुरबाणी कहे सिख जन माने प्रतख गुरु ने सारे क्योंकि असीं ये कह दिंदे कि भाई पढ़दे आ ये उन्हां दे पढ़न वास्ते आ कदी असीं इहदी विचार नहीं कीती ये हर एक सिख वास्ते लागू हुंदी आ हर एक सिख तुहां बड़ी वधिया गल कीती प्यारे दर्शको कि एक तो नहीं लिखा कि जी गुरबाणी गुरुद्वारे के भाई पढ़ना सब सिखन को हुक्म है गुरु मान ग्रंथ और आप सारे बाणी पढ़ सकते हैं और जे आप जदों अरदास करते हैं आप दुख वेले अरदास सुख वेले शुकराना मेरा अपना एक्सपीरियंस कि 70-80% असी जे अखंड पाठ सुखते हैं जां देख सुखते हैं जां रुमाले सुखते हैं बिपता सुखते हैं उदों असीं अपने कम्मां ते जदों प्रॉब्लम आउंदी आ जां असीं खेतां दे विच हुंने आ जां इदां कह लईए कि मक्खण शाह लबाणा जदों उहदा जहाज़ डुब्बण लगा सी उह बाबा बकाला साहिब नहीं सी गिआ उहने कहा गुरु नानक दा घर जिहड़ा वा मैं सच्चे पातशाह तेरे 500 रुपया चढ़ावां जे मेरा जहाज़ बन्ने लग जाए क्योंकि डुब के मर चलिया सी दुख दारू सुख रोग पिया दुख वेले आपां रब नूं ज़्यादा समझदे आ ते जदों असीं अरदास करदे हाँ बिरथी कदी ना होवी जानकी अरदास गुरु प्यारो जह जय पैखो तह दूर दूर कित ना जय रवेरा सरबत्र में साडा परवतगार अकाल पुरख गुरु ग्रंथ साहिब दा फराग दे लिया कि वह सारे गल ना साड़ियाँ शरदा पूरियां जिहड़ियां करदा वा। सो जिस तरह अरदास की आपां गल की आ भाई साहब ने गल की आ कि आपां नूं सिर्फ तो सिर्फ गुरु ग्रंथ साहिब दे जिहड़ा वा उहदा ही सत्कार करना चाहिए वा ते पर असीं गुरु प्यारो फिर मैं कहना वा कि वेखो जाके डेरियां दे उत्ते बहुत ज़्यादा दस्तारां वाले पग्गां वाले तुहानूं मिलणगे जिस तरह साढ़े भाई साहब भाई अवतार सिंह जिहड़े भाई साधु सिंह नाल इत्थे प्रोग्राम करदे आ उह वी कहिंदे आ कि साडा सिख किधर नूं तुरिया जाण डिया वा कित्थे मड़ियां ते दीवे जगाउण डिया कित्थे कबरां नूं मत्थे टेकण डिया कित्थे चादरां चढ़ाउण डिया असीं अजे तक नहीं सुधर सकदे। ये नहीं क्योंकि अज साडे ते वहम भरम बहुत पाए गए आ अज किसी का मुंडा बीमार हो जाए ना वो सब तो पहले जगह कहें पाठ सुख के आओ सुखमी साहब का हाँ जी वो ये नहीं कहते है कि तुसी आप करो जिन्ना चर असी आप नहीं ना करते इन्हां गिणतियां मिणतियां विच पए हैगे आ और साडी जिहड़ी बाणी ने सानू जोड़िया गया अकाल पुरख नाल हुण इत्थे गल इह आ जांदी अकाल पुरख ते कहिंदे देखिया किन्ने आ हाँ जी हरेक दे मन दे विच इह भुलेखा पा दिंदे भाई इहनूं पुछ नहीं देखिया भाई वो जी शक्ति समाई हुई है हरेक जगह के उत्ते रूप उह दे सकता जो अर्गा होगा हवा कि ने देखी है वह अनुभव तो होंगी जो चलती है। सो गुरु ग्रंथ साहब जहरा जूरिया हाजरा जूरिया आप गल करिए राम रहीम की तो ये जिस तरह परोल मांग रहा पेल्ला कहता मैं अपनी धी हनीप्रीत के विह के उत्ते जाना मेरा जरूरी आ तो हूँ वो उत्थे गल नहीं बनी उदों भी इलैक्शन सी हूँ जी ये फिर कह रहा कि मैं एक महीने की जी खेती करनी आ ते मैनू परोल दिती जावे पर जिहड़ी हरियाणा सरकार आ सिरसे दी जिहड़ी पुलिस आ उहनूं तां अजे तक इह नहीं पता कि इहदे नां ते जमीन किन्नी क्या ते जिहड़ा जस्टिस कुलदीप सिंह हरियाणा पंजाब दा हाई कोर्ट दा जज उह कहिंदा वा कि इहनूं जे छड्डिया ते लॉ एंड आर्डर दी जिहड़ी आ प्रॉब्लम हो जाणी आ जे किते भज गया ते मुड़ के इह काबू नहीं आउणा ते सो ये सारे मुद्दे ते आपां गल्लबात करदे रहिणा साडे नाल हरिंदर सिंह गिल जिहड़े पंजाब दे विच साडा अमृतसर स्टूडियो ते रात दिन मेहनत करदे आ साडे जिन्ने भी स्टूडियो आ गुरु प्यारो वर्ल्ड दे विच कनेडा दी धरती दे उत्ते आस्ट्रेलिया दी धरती दे उत्ते
ਹੋਰ ਯੂਰਪ ਦੀ ਧਰਤੀ ਦੇ ਉੱਤੇ ਇੰਡੀਆ ਦੇ ਵਿੱਚ ਸਾਡਾ ਸਾਰਿਆਂ ਦਾ ਇਹੋ ਮਕਸਦ ਹੁੰਦਾ ਕਿ ਸੇ ਸਿੱਖ ਚੈਨਲ ਪਹਿਲਾਂ ਤਾਂ ਸਭ ਤੋਂ ਪਹਿਲੀ ਅਤੇ ਤਾਜ਼ਾ ਖਬਰ ਅਸੀਂ ਤੁਹਾਨੂੰ ਦਈਏ। ਇਹੀ ਸਾਡੀ ਕੋਸ਼ਿਸ਼ ਹੁੰਦੀ ਆ। ਅਤੇ ਜਿੰਨਾ ਚਿਰ ਹਰਿੰਦਰ ਸਿੰਘ ਜੀ ਲੈਣ 'ਤੇ ਨਹੀਂ ਆਉਂਦੇ ਉਹਨਾਂ ਚਿਰ ਬਲ ਸਾਹਿਬ ਜੀ ਕੀ ਕਹਿਣਾ ਚਾਹੋਗੇ ਕਿ ਇਹ ਕਹਿੰਦੇ ਆ ਕਿ ਇਹਦਾ ਬਿਹੇਵੀਅਰ ਚੰਗਾ, ਇਹਨੂੰ ਪਰੋਲ ਦੇਣੀ ਚਾਹੀਦੀ ਆ, ਕਿ ਜਿਨ੍ਹਾਂ ਦੀਆਂ ਦਾੜੀਆਂ ਕਾਲੀਆਂ ਤੋਂ ਚਿੱਟੀਆਂ ਹੋ ਗਈਆਂ, ਜਿਹੜੇ ਅੰਦਰ ਭਗਤੀ ਕਰ ਕਰਕੇ ਹਰ ਹਰ ਜਨ ਦੋਨੋਂ ਇਹ ਕਹੇ ਬਿਬ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਏ, ਜਿਹੜੇ ਇੱਕ ਮਿਕ ਹੋ ਕੇ ਬੰਦਗੀ ਕਰਕੇ, ਕੀ ਗੱਲ ਉਹਨਾਂ 'ਤੇ ਨਹੀਂ ਇਹਨਾਂ ਨੂੰ ਤਰਸਾਉਂਦਾ? ਇਹ ਤਰਸ ਤੁਹਾਨੂੰ ਕਿਉਂਕਿ ਆਪਾਂ ਜਿੰਨਾ ਮਰਜ਼ੀ ਡਿਸਕਸ ਕਰ ਲਈਏ ਗੱਲ, ਫਿਰ ਘੁਆਮ ਉੱਥੇ ਆ ਜਾਂਦੀ ਹੈਗੀ ਆ ਵੀ ਹਰ ਇੱਕ ਦੇ ਪਿੱਛੇ ਦੇਖਿਆ ਜਾਂਦਾ ਵੀ ਬੰਦੇ ਦੇ ਪਿੱਛੇ ਸਾਨੂੰ ਕੀ ਫਾਇਦਾ ਹੋਊਗਾ। ਹਾਂਜੀ, ਇਹ ਭਾਵਾਂ ਇਹ ਨਹੀਂ ਦੇਖਿਆ ਜਾ ਸਕਦਾ ਵੀ, ਕਿਉਂਕਿ ਜਿਹੜੇ ਲੋ ਸਾਡੇ ਬਣੇ ਹੈਗੇ ਸੀਗੇ, ਇਹ ਲੋ ਅਮੀਰ ਵਾਸਤੇ ਕੁਛ ਹੋਰ ਵਾ ਅੱਜ ਚੱਲ ਰਹੇ, ਗਰੀਬ ਵਾਸਤੇ ਕੁਛ ਹੋਰ ਵਾ। ਆਮ ਸੰਗਤ ਜਿਹੜੀ, ਆਮ ਜਨਤਾ ਜਿਹੜੀ ਹੈਗੀ ਆ, ਉਹ ਧੱਕੇ ਖਾ ਖਾ ਕੇ 420 ਦੇ ਕੇਸ ਵਿੱਚ 11-11 14 ਸਾਲਾਂ ਦੇ ਕੋਈ ਫੈਸਲੇ ਨਹੀਂ ਹੁੰਦੇ, ਔਰ ਇਹ ਬੰਦਾ 2 ਸਾਲ ਬਾਅਦ ਹੀ ਪਰੋਲ ਮੰਗਣੀ ਜਾਂਦੇ ਅਤੇ ਇੰਨੇ ਸੀਰੀਅਸ ਕੇਸ, ਔਰ ਇੰਨਾ ਜ਼ਿਆਦਾ ਬੰਬ ਬਲਾਸਟ ਵਗੈਰਾ ਤੱਕ ਇਹਨਾਂ ਨੇ ਕੰਮ ਕੀਤਾ, ਗੱਡੀਆਂ ਲੂਹੀਆਂ, ਕੀ ਕੁਛ ਕੀਤਾ ਹੈਗਾ ਆ। ਹਾਂਜੀ, ਅਤੇ ਸਿੱਖਾਂ ਦੇ ਉੱਤੇ ਜਿਹੜੇ ਅੱਜ ਅੰਦਰ ਪਏ ਆ, ਜਾਂ ਉਹਨਾਂ ਵਾਸਤੇ ਜਿੱਦਾਂ ਬਾਪੂ ਜੀ ਬੈਠੇ ਹੈ ਉਹਨਾਂ ਸਿੱਖਾਂ ਦੀ ਰਿਹਾਈ ਵਾਸਤੇ, ਔਰ ਵੀ ਤੋਂ ਗੱਲ ਕੀਤੀ ਆ ਪਿਆਰੇ ਦਰਸ਼ਕੋ, ਬਲ ਸਾਹਿਬ ਨੇ ਗੱਲ ਕੀਤੀ ਹੈ ਬਾਪੂ ਸੂਰਤ ਸਿੰਘ ਦੀ। ਮੈਂ 5 ਉਹਦੀਆਂ ਇੰਟਰਵਿਊਆਂ ਕਰਕੇ ਆਇਆ ਵਾਂ ਆਪਣੇ ਲੁਧਿਆਣੇ ਹੋਸਪਿਟਲ ਦੇ ਵਿੱਚ, ਔਰ ਗੁਰੂ ਪਿਆਰੇ ਉਹਦਾ ਮਿਸ਼ਨ ਕੀ ਆ, ਗੁਰਬਖਸ਼ ਸਿੰਘ ਜੀ ਜਿਹੜੇ ਭੁੱਖ ਹੜਤਾਲ ਰੱਖੀ ਸੀ, ਆਪਣੀ ਜਾਨ ਗਵਾਤੀ, ਉਹਦਾ ਮਿਸ਼ਨ ਵੀ ਸੀ ਕਿ ਬਾਪੂ ਸੂਰਤ ਸਿੰਘ ਦਾ ਇਹਨਾਂ ਦਾ ਮਿਸ਼ਨ ਸੀ ਕਿ ਜਿਹੜੇ ਸਾਡੇ ਸਿੰਘ ਜਿਨ੍ਹਾਂ ਦੀ ਕੈਦ ਪੂਰੀ ਹੋ ਗਈ ਆ, ਵੇਖੋ ਕਿੱਡਾ ਵਧੀਆ ਫੈਸਲਾ, ਇਹ ਤਾਂ ਕੁਦਰਤ ਦੀ ਗੱਲ, ਇਹਨਾਂ ਦੇਸ਼ਾਂ 'ਚ ਰਹਿੰਦੇ ਹਾਂ, ਜਿਹੜੀ ਸਜ਼ਾ ਉਹ ਪੂਰੀ ਫਿਰ ਤਾਂ ਛੱਡਣਾ ਚਾਹੀਦਾ, ਉਹ ਛੱਡ ਨਹੀਂ ਜਾਂਦੇ, ਉਹ ਤੋਂ ਡਬਲ ਸਜ਼ਾ ਪੂਰੀ ਹੋ ਗਈ ਆ। ਇਸ ਕਾਰਨ ਕਰਕੇ ਬਾਪੂ ਸੂਰਤ ਸਿੰਘ ਜੀ ਨੇ ਮੋਰਚਾ ਲਾਇਆ ਔਰ ਆਪਣੀ ਜਾਨ ਨਿਛਾਵਰ ਕਰ ਰਿਹਾ, ਔਰ ਪਲ ਪਲ 'ਤੇ ਉਹ ਸ਼ਹੀਦ ਹੋ ਰਿਹਾ ਉੱਥੇ, ਅਤੇ ਸਰਕਾਰ ਸੁੱਤੀ ਪਈ ਆਉਂਦੇ ਕੁੰਭਕਰਨ ਦੀ ਨੀਂਦ, ਅਤੇ ਇੱਕ ਸਰਸਾ ਸਾਧ ਨੂੰ ਆਉਂਦੇ ਆ ਵੀ ਇਹਦਾ ਕਰੈਕਟਰ ਬੜਾ ਵਧੀਆ ਵਾ, ਇਹਦਾ ਬਿਹੇਵੀਅਰ ਵਧੀਆ, ਅਤੇ ਲੋਕ ਇਹ ਗੱਲ ਕਹਿੰਦੇ ਆ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਫਸਟ ਵਾਰਡ ਵਿੱਚ 82,000 ਕੁਰਬਾਨੀਆਂ ਦਿੱਤੀਆਂ, ਸੈਕਿੰਡ ਵਰਲਡ ਵਾਰ 'ਚ 83,000 ਸ਼ਹਾਦਤਾਂ ਦਿੱਤੀਆਂ ਸਿੰਘਾਂ ਨੇ, ਜਿਨ੍ਹਾਂ ਨੇ 1965 ਦੀ ਅਤੇ 1971 ਦੀ ਅਤੇ ਕਾਰਗਿਲ ਦੀ ਲੜਾਈ ਦੇ ਵਿੱਚ ਛਾਤੀਆਂ ਡਾਹ ਕੇ ਲੜੇ, ਕੀ ਗੱਲ ਉਹਨਾਂ ਦਾ ਜਿਹੜਾ ਵਾ ਕਰੈਕਟਰ ਸਹੀ ਨਹੀਂ ਗਾ। ਵੇਖੋ ਬਾਪੂ ਸੂਰਤ ਸਿੰਘ ਜੀ ਜਿਹੜੇ ਆ ਉਹ ਕਿੱਦਾਂ ਅਜੇ ਵੀ ਉਹਨਾਂ ਦੇ ਗਲੂਕੋਸ਼ ਲੱਗੇ ਆ, ਉਹਨਾਂ ਦਾ ਸਰੀਰ ਜਿਹੜਾ ਵਾ ਪਿੰਜਰ ਹੋ ਗਿਆ, ਫਰੀਦਾ ਕਾਂਗਾਂ ਕਰੰਗ ਟੰਡੋਲਿਆ, ਸਗਲਾ ਕਾਇਆ ਮਾਸ, ਇਹ ਦੋ ਨਹਿਣਾ ਮੱਥ ਜੋ ਪਿਰ ਦੇਖਣ ਕੀ ਆਸ, ਇਹ ਹਾਲਤ ਬਣੀ ਆ ਬਾਪੂ ਸੂਰਤ ਸਿੰਘ ਦੀ, ਔਰ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਕੁੰਭਕੋਣ ਦੀ ਨੀਂਹ ਸੁੱਤੀਆਂ, ਜਿਹੜਾ ਵਾ ਸਿੱਖ ਜਿਹੜਾ ਵਾ ਉਹ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦਾ। ਇੱਕ ਗੱਲ ਆ ਪਿਆਰੇ ਦਰਸ਼ਕੋ, ਕਿ ਬਾਪੂ ਸੂਰਤ ਸਿੰਘ ਜੀ ਕਹਿੰਦੇ ਆ ਕਿ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ, ਸਾਡੀ ਗੁਰਬਾਣੀ ਕਹਿੰਦੀ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਮ ਭਲੇ ਕੌਣ ਮੰਦੇ, ਚੌਂ ਵਰਨ ਸਾਂਝਾ ਵਿਦੇਸ਼ ਹੈ। ਦੇ ਸਿੱਖ ਵੀ ਉਸੇ 'ਤੇ ਪਹਿਰਾ ਦਿੰਦਾ, ਬਾਪੂ ਸੂਰਤ ਸਿੰਘ ਦੀ ਮੰਗ ਆ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਇਸਾਈ ਆ, ਜਿਨ੍ਹਾਂ ਨੇ ਸਰਕਾਰ ਨੂੰ ਬੇਨਤੀ ਕਰ ਰਹੇ, ਜਿਨ੍ਹਾਂ ਨੇ ਆਪਣੀਆਂ ਕੈਦ ਜਿਹੜੀ ਆ 10-10 ਸਾਲ ਦੀ ਜਗ੍ਹਾ 'ਤੇ 20-20 ਸਾਲ ਜਿਹੜੀ ਆ ਭੁਗਤ ਲਈ ਆ, ਉਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਕਿ ਉਹ ਵੀ ਆਪਣੇ ਬੱਚਿਆਂ ਦੇ ਵਿੱਚ ਆਣ ਕੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਜਿਹੜੀ ਆ ਬਸਰ ਕਰਨ। ਅਤੇ ਇਹ ਇੱਕ ਬੰਨੇ ਇਹਨਾਂ ਦੀ ਮੰਨੀ ਨਹੀਂ ਜਾ ਰਹੀ, ਇੱਕ ਬੰਨੇ ਸਰਸੇ ਸਾਧ ਵਾਲੇ ਨੂੰ ਜਿਹੜੀ ਆ ਹਰਿਆਣਾ ਗੌਰਮੈਂਟ ਇਹ ਕਹਿ ਰਹੀ ਆ, ਦੋ ਜਿਹੜੇ ਆ ਕੈਬਨਿਟ ਮੰਤਰੀ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ ਜੀ ਇਹਨਾਂ ਦਾ ਇਹਦਾ ਜਿਹੜਾ ਵੇਖਿਆ ਵਾ ਕਰੈਕਟਰ ਬਹੁਤ ਵਧੀਆ ਵਾ, ਉਹ ਕੈਬਨਿਟ ਮੰਤਰੀ ਆ ਅਨਿਲ ਵਿਜ ਅਤੇ ਕ੍ਰਿਸ਼ਨ ਪਾਵਰ, ਇਹ ਕਿ ਇਹਦਾ ਬਿਹੇਵੀਅਰ ਵਧੀਆ ਕਰਕੇ ਇਹਨੂੰ 1 ਮਹੀਨੇ ਦੀ ਪਰੋਲ ਦਿੱਤੀ ਜਾਵੇ ਅਤੇ ਕੋਈ ਡਰ ਨਹੀਂ। ਵੇਖੋ ਯਾਰੋ, ਦੂਜੇ ਜਿਹੜੇ ਆ ਉਹ ਕਿਹੜੇ ਉੱਥੇ ਗੁੰਡਾਗਰਦੀ ਕਰਨ ਡਏ ਆ, ਜਿਹੜੇ ਸਿਮਰਨ ਕਰਨ ਡਏ ਆ, ਬਲ ਸਾਹਿਬ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਉੱਥੇ ਘੋਨੇ ਮੋਨੇ ਸੰਥਿਆ ਦੇ ਦੇ ਕੇ ਖੰਡ ਪਾਠੀ ਬਣਾ ਦਿੱਤੇ ਆ ਜੇਲ੍ਹਾਂ ਦੇ ਵਿੱਚ, ਅਤੇ ਉਹਨਾਂ ਨਾਲ ਕਿਉਂ ਨਹੀਂ ਸਰਕਾਰ ਜਿਹੜੀ ਆ ਉਹ ਕੋਈ ਉਹਨਾਂ ਦਾ ਸੋਚ ਰਹੀ? ਸਰਕਾਰ ਜਿਹੜੀ ਹੁੰਦੀ ਆ, ਸਰਕਾਰ ਦੇ ਜਿਹੜੇ ਕੰਮ ਕਰਨ ਦੇ ਢੰਗ ਹੁੰਦੇ ਆ, ਇਹ ਉੱਧਰ ਜ਼ਿਆਦਾ ਖਿਆਲ ਨਹੀਂ ਕਰਦੀ। ਇਹ ਜ਼ਿਆਦਾ ਪੋਲੀਟੀਕਲ, ਲੋਕਾਂ ਨੂੰ ਕਿੱਦਾਂ ਇੱਕ ਆਪਸ ਵਿੱਚ ਲੜਾਇਆ ਜਾਵੇ, ਕਿੱਦਾਂ ਆਪਸ ਵਿੱਚ ਮਸਲੇ ਖੜ੍ਹੇ ਕੀਤੇ ਜਾਣ, ਕਿਸ ਤਰ੍ਹਾਂ ਆਉਣ ਵਾਲੇ ਟਾਈਮ ਵਾਸਤੇ
अपने पिछे लोगों लाया जाए। ये सिर्फ अपना ध्यान ज़्यादा उस पासे दिंदी है, ना कि एक गरीबी हटाने वास्ते जां नौजवानी नू चंगे रुजगार देने वास्ते, जिहड़े जिस वास्ते गौरमेंट असी चुनी दी आ। ये इन्हां दा काम नहीं गा वी किहदा बिहेवियर चंगा किहदा माड़ा आ, ये काम कानून दा आ, चैक करना उहदा किहो जिहा बिहेवियर वा। तो कानून ते गल कह रहा जस्टिस कुलदीप सिंह हरियाणा पंजाब हाई कोर्ट का जिहड़ा जज, वह कह रहा कि इहनूं ना छड्डिया जावे नहीं तो खतरा होना। रहे विचार, आओ आपां तुहानूं लै जांदे आ ਸਾਡੇ ਅੰਮ੍ਰਿਤਸਰ ਦੇ ਸਟੂਡੀਓ, ਸਰਦਾਰ ਹਰਿੰਦਰ ਸਿੰਘ ਜੀ ਗਿੱਲ, ਜਿਹੜੇ ਬੜੀ ਮਿਹਨਤ ਕਰਦੇ ਆ, ਬੜੀਆਂ ਖਬਰਾਂ ਵਧੀਆ ਅਤੇ ਤਾਜ਼ਾ ਤੁਹਾਨੂੰ ਲਿਆਣ ਕੇ ਦਿੰਦੇ ਆ, ਉਹ ਸਾਡੇ ਨਾਲ ਇਸ ਵਕਤ ਲੈਣ 'ਤੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ ਜੀ, ਤੁਹਾਡਾ ਸਿੱਖ ਚੈਨਲ ਦੇ ਸਟੂਡੀਓ ਵਿੱਚ ਧੰਨਵਾਦ ਹੈ, ਅਤੇ ਇਸ ਵਕਤ ਤੁਹਾਨੂੰ ਮਿਲੀਅਨ ਬਿਲੀਅਨ ਜਿਹੜੇ ਆ ਦਰਸ਼ਕ ਆ, ਸਿੱਖ ਚੈਨਲ ਦੀ ਜਿਹੜੀ ਜਾਨ ਹੈ, ਸਿੱਖ ਚੈਨਲ ਦੀ ਸ਼ਾਨ ਹੈ, ਸਿੱਖ ਚੈਨਲ ਦਾ ਹਾਰਟ ਆ, ਉਹ ਦਰਸ਼ਕ ਜਿਹੜੇ ਸਿੱਖ ਚੈਨਲ ਨਾਲ ਬੜਾ ਪਿਆਰ ਕਰਦੇ ਆ ਇੱਕ ਫੈਮਿਲੀ ਦੀ ਤਰ੍ਹਾਂ, ਉਹ ਤੁਹਾਨੂੰ ਵੇਖ ਰਹੇ ਆ। ਅਤੇ ਇਹ ਬੜਾ ਗੰਭੀਰ ਮਸਲਾ ਵਾ, ਕਿਉਂਕਿ ਇੱਕ ਦੇਸ਼ ਦੇ ਵਿੱਚ ਦੋਹਰਾ ਦੋਹਰਾ ਕਾਨੂੰਨ ਆ ਕਿ ਜਿਹੜੇ ਸਿੱਖ ਕੈਦੀ ਫੜੇ ਆ, ਜਿਨ੍ਹਾਂ ਦੀਆਂ ਕਾਲੀਆਂ ਦਾੜੀਆਂ ਤੋਂ ਚਿੱਟੀਆਂ ਹੋ ਗਈਆਂ ਵਾ, ਜਿਨ੍ਹਾਂ ਦੇ ਪਿੱਛੇ ਮਾਪੇ ਵੀ ਮਰ ਗਏ ਆ, ਔਰ ਘਰਾਂ ਦੇ ਵਿੱਚ ਜਿਹੜੇ ਆ ਚੁੱਲ੍ਹਿਆਂ ਦੇ ਉੱਤੇ ਘਾਹ ਖਲੋਤਾ, ਉਹਨਾਂ ਨੂੰ ਤਾਂ ਛੱਡ ਨਹੀਂ ਰਹੇ। ਅਤੇ ਇੱਕ ਬੰਨੇ ਰਾਮ ਰਹੀਮ ਦੀ ਗੱਲ ਕਰ ਰਹੇ ਆ, ਉਹਨੇ ਕਿਹਾ ਵਾ ਕਿ ਮੈਂ ਜਾ ਕੇ ਖੇਤੀ ਕਰਨੀ ਆ, ਮੈਨੂੰ ਇੱਕ ਮਹੀਨੇ ਦੀ ਪਰੋਲ ਦਿੱਤੀ ਜਾਵੇ। ਇੱਥੋਂ ਤੱਕ ਕਿ ਜਿਹੜੀ ਹਰਿਆਣੇ ਦੀ ਸਰਕਾਰ ਆ ਉਹ ਸਪੋਰਟ ਕਰ ਰਹੀ ਆ, ਉਹਨਾਂ ਦੇ ਦੋ ਮੰਤਰੀ ਜਿਹੜੇ ਆ ਉਹ ਵੀ ਕਹਿੰਦੇ ਆ ਜੀ ਇਹਦਾ ਬਿਹੇਵੀਅਰ ਬੜਾ ਚੰਗਾ ਰਿਹਾ ਵਾ, ਇਹਨੂੰ ਇੱਕ ਮਹੀਨੇ ਦੀ ਖੇਤੀ ਜਿਹੜੀ ਆ ਉਹ ਕਰਨ ਦੇਣੀ ਚਾਹੀਦੀ ਹੈ, ਕਹਿਣ ਦਾ ਮਤਲਬ ਛੱਡ ਦੇਣਾ ਚਾਹੀਦਾ ਵਾ। ਪਹਿਲਾਂ ਵੀ ਇਹਨੇ ਕੋਸ਼ਿਸ਼ ਕੀਤੀ ਇਲੈਕਸ਼ਨ ਦੇ ਵਿੱਚ, ਤੁਹਾਨੂੰ ਪਤਾ ਇਹਨੇ ਕਿਹਾ ਮੇਰੀ ਬੇਟੀ ਦਾ ਵਿਆਹ ਵਾ। ਇਹਦੇ ਬਾਰੇ ਸਾਰਾ ਜਿਹੜਾ ਵਾ ਖੁਲਾਸਾ, ਇਹ ਕੀ ਹੋ ਰਿਹਾ ਵਾ, ਇਹ 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 ਜਿਹੜਾ ਥੋੜ੍ਹਾ ਜਿਹਾ ਇਹਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਓ ਜੀ। ਬਿਲਕੁਲ ਜੀ, ਮੈਂ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਸੰਗਤਾਂ ਦੇ ਨਾਲ ਸਾਂਝੀ ਜਿਹੜੀ ਆ ਉਹ ਕਰਾਂਗਾ। ਰਾਮ ਰਹੀਮ ਜਿਹੜਾ ਆ ਇਸ ਦੀ ਪਰੋਲ ਦੇ ਵਾਸਤੇ ਹਰਿਆਣਾ ਪੁਲਿਸ ਨੇ ਜਿਹੜੀ ਸਿਫਾਰਿਸ਼ ਆ ਉਹ ਕੀਤੀ ਆ। ਮਾਮਲਾ ਜਿਹੜਾ ਇਸ ਦੇ ਉੱਤੇ ਸੀਗਾ ਉਹ ਸਾਧਵੀਆਂ ਦੇ ਨਾਲ ਜਬਰ ਜਨਾਹ ਤੇ ਪੱਤਰਕਾਰ ਛਤਰਪਤੀ ਜਿਹੜਾ ਸੀਗਾ ਰਾਮ ਚੰਦਰ ਛਤਰਪਤੀ ਉਸ ਨੂੰ ਮਾਰਨ ਦੇ ਦੋਸ਼ ਦੇ ਵਿੱਚ 25 ਅਗਸਤ 2017 ਨੂੰ ਇਸਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਹੋਈ ਆ। ਰਾਮ ਰਹੀਮ ਇਸਦੇ ਨਾਲ ਨਾਲ ਲੋਕਾਂ ਨੂੰ ਨਾ ਮਰਦ ਵੀ ਬਣਾਉਂਦਾ ਸੀਗਾ ਤੇ ਹੋਰ ਵੀ ਹੱਤਿਆ ਦੇ ਮਾਮਲੇ ਜਿਹੜੇ ਆ ਤੇ ਜਬਰ ਜਨਾਹ ਦੇ ਮਾਮਲੇ ਜਿਹੜੇ ਆ ਉਹ ਇਸ ਉੱਤੇ ਦਰਜ ਆ। ਰਾਮ ਰਹੀਮ ਨੇ ਰੋਹਤਕ ਦੀ ਸਨਾਰੀਆ ਜੇਲ੍ਹ ਦੇ ਮੁਖੀ ਨੂੰ ਇੱਕ ਪੱਤਰ ਜਿਹੜਾ ਹੈ ਉਹ ਭੇਜਿਆ, ਅਰਜੀ ਜਿਹੜੀ ਆ ਇੱਕ ਉਹ ਭੇਜੀ ਆ ਕਿ ਜਿਸ ਦੇ ਵਿੱਚ ਪਰੋਲ ਦੀ ਜਿਹੜੀ ਆ ਉਸਨੇ ਮੰਗ ਕੀਤੀ ਆ, ਜਿਸ ਨੂੰ ਜਿਹੜਾ ਹੈ ਜੇ ਕਲੈਕਟਰ ਜਿਹੜਾ ਆ ਉਸਨੂੰ ਭਜਾਇਆ ਗਿਆ ਹੈ ਤੇ ਰੋਹਤਕ ਜੇਲ੍ਹ ਦਾ ਮੁਖੀ ਜਿਹੜਾ ਆ ਉਸ ਵੱਲੋਂ ਵੀ ਕਮਿਸ਼ਨਰ ਨੂੰ ਜਿਹੜਾ ਪੱਤਰ ਆ ਉਹ ਭੇਜਿਆ ਗਿਆ, ਲਿਖਿਆ ਗਿਆ ਹੈ ਕਿ ਰਾਮ ਰਹੀਮ ਦਾ ਹੁਣ ਤੱਕ ਦਾ ਜਿਹੜਾ ਜੇਲ੍ਹ ਦੇ ਵਿੱਚ ਆਚਰਣ ਆ ਉਹ ਪਹਿਲਾਂ ਨਾਲੋਂ ਬਿਹਤਰ ਆ ਤੇ ਇਸ ਨੂੰ ਜਿਹੜੀ ਪਰੋਲ ਆ ਉਹ ਦਿੱਤੀ ਜਾਵੇ। ਜੇਕਰ ਅਕੋਰਡਿੰਗ ਟੂ ਲਾ ਦੇਖਿਆ ਜਾਵੇ ਤੇ ਨਿਯਮਾਂ ਦੀ ਜੇਕਰ ਗੱਲ ਕਰੀਏ ਤਾਂ 2 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਦੇ ਵਿੱਚ ਪਰੋਲ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ, ਪਰ ਰਾਮ ਰਹੀਮ ਨੇ 2 ਸਾਲ ਦੀ ਸਜ਼ਾ ਤਾਂ ਅਜੇ ਪੂਰੀ ਕੀਤੀ ਨੀਗੀ ਜੀ। ਪਹਿਲਾਂ ਹੀ ਪਰੋਲ ਦੀ ਅਰਜੀ ਜਿਹੜੀ ਆ ਰਾਮ ਰਹੀਮ ਨੇ ਜਿਹੜੀ ਆ ਉਹ ਦਾਇਰ ਕਰ ਦਿੱਤੀ ਆ। ਤੇ ਉੱਧਰ ਇੱਕ ਗੱਲ ਅਜੇ ਬੜੀ ਹੈਰਾਨੀ ਵਾਲੀ ਆ ਕਿ ਸਨਾਰੀਆ ਜੇਲ੍ਹ ਪ੍ਰਸ਼ਾਸਨ ਨੇ 2 ਸਾਲ ਦਾ ਸਮਾਂ ਪੂਰਾ ਹੋ ਤੇ ਪਹਿਲਾਂ ਹੀ ਅਰਜੀ ਨੂੰ ਸਵੀਕਾਰ ਵੀ ਕਰ ਲਿਆ ਹੈ ਤੇ ਰਾਮ ਰਹੀਮ ਦਾ ਇੱਥੋਂ ਪਤਾ ਲੱਗਦਾ ਹੈ ਕਿ ਦਬਦਬਾ ਜਿਹੜਾ ਆ ਉਹ ਅਜੇ ਵੀ ਹੈਗਾ ਆ, ਸਰਕਾਰ ਦੇ ਉੱਤੇ ਪ੍ਰਭਾਵ ਅਜੇ ਵੀ ਹੈਗਾ ਆ। ਤੇ ਵੱਡਾ ਫੈਕਟਰ ਇਸ ਦੇ ਵਿੱਚ ਹੋਰ ਵੀ ਆ ਕਿ ਹਰਿਆਣਾ ਦੇ ਵਿੱਚ ਇਸੇ ਸਾਲ ਅਕਤੂਬਰ ਦੇ ਵਿੱਚ ਇਲੈਕਸ਼ਨ ਆ ਵਿਧਾਨ ਸਭਾ ਦੀ, ਤੇ ਡੇਰੇ ਦਾ ਹੈੱਡਕੁਆਟਰ ਵੀ ਸਿਰਸਾ ਦੇ ਵਿੱਚ ਹੀ ਆ ਤੇ ਹਰਿਆਣਾ ਦੇ ਵਿੱਚ ਉਹਨਾਂ ਦੇ ਪੈਰੋਕਾਰਾਂ ਦੀ ਗਿਣਤੀ ਜਿਹੜੀ ਆ ਉਹ ਵੀ ਲੱਖਾਂ ਦੇ ਵਿੱਚ ਆ। ਇਹ ਇੱਕ ਚੀਜ਼ ਜਿਹੜੀ ਆ ਉਹ ਸਰਕਾਰ ਨੂੰ ਮਜਬੂਰ ਕਰ ਰਹੀ ਆ ਕਿ ਰਾਮ ਰਹੀਮ ਨੂੰ ਪਰੋਲ ਦੇ ਕੇ ਜਿਹੜਾ ਹੈ ਉਸਦੀ ਜਿਹੜਾ ਵੋਟ ਬੈਂਕ ਹੈ ਜਿਹੜੇ ਉਹਦੇ ਪੈਰੋਕਾਰ ਨੇ ਉਹਨਾਂ ਦੀ ਵੋਟ ਜਿਹੜੀ ਆ ਉਹ ਬੀਜੇਪੀ ਆਪਣੇ ਖਾਤੇ ਦੇ ਵਿੱਚ ਪਵਾ ਲਵੇ ਤੇ ਦੁਬਾਰਾ ਹਰਿਆਣਾ ਦੇ ਵਿੱਚ ਫਿਰ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਬਣ ਜਾਵੇ। ਇਹ ਇੱਕ ਵੱਡਾ ਫੈਕਟਰ ਆ ਕਿ ਸਾਰਾ ਕੁਛ ਇਲੈਕਸ਼ਨ ਦੇ ਇਰਦ ਗਿਰਦ ਜਿਹੜਾ ਹੈ ਘੁੰਮ ਰਿਹਾ ਹੈ। ਇਹੋ ਹੀ ਸਰਕਾਰ ਸੀ ਜੀ ਜਦੋਂ ਹਾਂਜੀ ਲੈਣ ਥੋੜ੍ਹੀ ਜਿਹੀ ਡਰੋਪ ਹੋ ਗਈ ਆ, ਟੈਕਨੀਕਲ ਅਸੀਂ ਡਿਪਾਰਟਮੈਂਟ ਨੂੰ ਕਹਾਂਗੇ ਕਿ ਕਿਉਂਕਿ ਇਹ ਕਿ ਅਖਤਿਆਰ ਦੀ ਗੱਲ ਨਹੀਂ ਪਰ ਜਿਹੜਾ ਆਨੰਦ ਆ ਉਹ ਟੁੱਟ ਜਾਂਦਾ। ਹਾਂਜੀ ਹਰਿੰਦਰ ਸਿੰਘ ਜੀ,
ਕਾਲ ਆਪਾਂ ਉਹਨਾਂ ਨੂੰ ਜਿਹੜੀ ਆ ਫਿਰ ਉਹਨਾਂ ਦੀ ਕਾਲ ਲੈਂਦੇ ਹਾਂ ਕਿ ਵੇਖੋ ਕਿ ਕਾਨੂੰਨ ਇਹ ਗੱਲ ਕਹਿੰਦਾ ਵਾ ਕਿ 2 ਸਾਲ ਬਾਅਦ ਪਰੋਲ ਦੀ ਜਿਹੜੀ ਆ ਵਿਚਾਰ ਕੀਤੀ ਜਾ ਸਕਦੀ ਆ, ਇਹ ਕਾਨੂੰਨ ਕਹਿੰਦਾ ਸਾਡੇ ਭਾਰਤ ਦਾ, ਅਤੇ 2 ਸਾਲ ਤੋਂ ਪਹਿਲਾਂ ਹੀ ਉਹਨੇ ਐਪਲੀਕੇਸ਼ਨ ਦਿੱਤੀ ਆ। ਔਰ ਵੇਖੋ ਕਿੱਡੀ ਹੈਰਾਨੀ ਦੀ ਗੱਲ ਆ, ਆਉਂਦਾ ਮੁਗਲਾਂ ਨੂੰ ਮੁੱਠ ਮੋਠ ਨਹੀਂ ਮਿਲਦੇ, ਚੁਗਲਾਂ ਨੂੰ ਮਠਿਆਈਆਂ, ਭਲੇ ਮਾਨਸਾਂ ਨੂੰ ਸਾਕ ਨਹੀਂ ਹੁੰਦੇ, ਉਹ ਲੁੱਚਿਆਂ ਨੂੰ ਕੜਵਾਈਆਂ ਦਾਤਿਆਂ, ਤੇਰੀਆਂ ਬੇਪਰਵਾਹੀਆਂ ਕੀ ਹੋਣ ਡਿਆ ਵਾ। ਔਰ ਉਹਦੀ ਜਿਹੜੀ ਆ ਪਰੋਲ ਮਨਜ਼ੂਰ ਵੀ ਕਰ ਲਈ ਆ। ਵੇਖੋ ਪਿਆਰੇ ਦਰਸ਼ਕੋ, ਇਹ ਜਿਹੜਾ ਕਿ ਨਹੀਂ ਇਹਦੇ ਨਾਲ ਦੇਸ਼ ਦਾ ਕੰਮ ਹੁੰਦਾ ਵਾ, ਜਿਹੜਾ ਜਿਹੜਾ ਸਾਡਾ ਕਾਨੂੰਨ ਕਹਿਤਾ ਵਾ, ਜਿਹੜਾ ਸਾਡੀ ਗਵਰਨਮੈਂਟ ਆ ਉਹ ਇੱਕ ਪੇਰੈਂਟਸ ਦਾ ਰੋਲ ਅਦਾ ਕਰਦੀ ਆ। ਪੇਰੈਂਟਸ ਨੂੰ ਹਰ ਇੱਕ ਬੱਚਾ ਬਰਾਬਰ ਦਿਖਣਾ ਚਾਹੀਦਾ ਅਤੇ ਦਿਖਦਾ ਵੀ ਆ। ਜਦੋਂ ਪੇਰੈਂਟਸ ਆਪਣੇ ਬੱਚਿਆਂ ਨਾਲ ਵਿਤਕਰਾ ਕਰੂਗਾ ਤਾਂ ਉਹ ਬੱਚੇ ਬਾਗੀ ਹੋ ਜਾਂਦੇ ਆ, ਉਹਦੇ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ। ਇਹੀ ਹਾਲ ਸਿੱਖਾਂ ਦੇ ਨਾਲ ਹੋ ਰਿਹਾ ਵਾ। ਹੁਣ ਜਿਹੜੇ ਕੈਦਾਂ ਭੁਗਤ ਰਹੇ ਆ ਪਿਆਰੇ ਦਰਸ਼ਕੋ, ਮੈਂ ਤੁਹਾਨੂੰ ਸਵਾਲ ਕਰਦਾ, ਫੈਸਲਾ ਤੁਸਾਂ ਕਰਦਾ, ਜਿਹੜੇ ਬਚਪਨ ਦੇ ਵਿੱਚ ਫੜੇ ਗਏ ਸੀਗੇ 84 'ਚ ਜਾਂ ਬਾਅਦ ਦੇ ਵਿੱਚ, ਉਹ ਦਾੜੀਆਂ ਕਾਲੀਆਂ ਉਹਨਾਂ ਦੀਆਂ ਕੀ, ਉਹ ਅਣਦਾੜੀਏ ਸੀ, ਕਾਲੀਆਂ ਦਾੜੀਆਂ ਹੋ ਗਈਆਂ, ਫਿਰ ਚਿੱਟੀਆਂ ਹੋ ਗਈਆਂ, ਹੁਣ ਬੁੱਢੇ ਹੋ ਗਏ ਆ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਔਰ ਜੇ ਖੇਤੀ ਦੀ ਗੱਲ ਕਰ ਰਿਹਾ ਕਿ ਮੈਂ ਖੇਤੀ ਕਰਨੀ, 1 ਮਹੀਨਾ ਛੱਡਿਆ ਜਾਵੇ, ਯਾਰ ਉਹ ਕਿੱਡੇ ਦੁੱਖ ਦੀ ਗੱਲ ਆ। ਉਹਦੇ ਬੱਚੇ ਫੜੇ ਗਏ ਆ, ਉਹ ਤਾਂ ਕਿਸਾਨੀ ਦੇ ਨਾਲ ਸੰਬੰਧਿਤ ਸੀ, ਉਹ ਤਾਂ ਉਹਨਾਂ ਦੇ ਤਾਂ ਜਿਹੜੇ ਆ ਮਾਈ ਬਾਪ ਵੀ ਮਰ ਗਏ, ਡੰਗੋਰੀਆਂ ਅੱਖਾਂ ਦੇ ਵਿੱਚ ਹੰਝੂ ਲੈ ਰਹੇ, ਕਦੋਂ ਸਾਡਾ ਪੁੱਤ ਜੇਲ੍ਹ 'ਚ ਆਊਗਾ। ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹੀ ਕਾਰਨ ਆ ਕਿ ਖੁਦਕੁਸ਼ੀਆਂ ਹੋ ਰਹੀਆਂ ਪੰਜਾਬ ਦੇ ਵਿੱਚ, ਔਰ ਸਿੱਖ ਚੈਨਲ ਏਡ ਉਹਨਾਂ ਦੀ ਬਾਂਹ ਫੜ ਰਹੀ ਆ। ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਬੱਚੇ ਸਾਰੇ 98% ਜਿਹੜੇ ਕਿਸਾਨੀ ਨਾਲ ਸੰਬੰਧ ਸੀ। ਇਹ ਕਿਹੜੀ ਕਿਸਾਨੀ ਕਰਨੀ ਆ, ਰਾਮ ਰਹੀਮ ਨੇ ਕਿਹੜੀ ਖੇਤੀ ਕਰਨੀ ਆ, ਕੀ ਕਰ, ਉਹਨਾਂ ਨੇ ਖੇਤੀ ਨਹੀਂ ਕਰਨੀ। ਹਾਂ ਠੀਕ ਆ, ਜੇ ਉਹਨਾਂ ਨੂੰ ਵੀ ਖੇਤੀ ਦੇ ਉੱਤੇ ਪਰੋਲ ਦਿੱਤੀ ਹੁੰਦੀ ਤਾਂ ਇਹ ਵੀ ਖੇਤੀ ਦੇ ਪਰੋਲ ਲੈ ਸਕਦਾ ਸੀਗਾ, ਕੋਈ ਇਹਦੇ ਵਿੱਚ ਜਿਹੜਾ ਉਹ ਕਿਸੇ ਨੂੰ ਦੁੱਖ ਨਹੀਂ ਸੀ ਹੋਣਾ। ਪਰ ਇੱਕ ਦੇਸ਼ ਦੇ ਵਿੱਚ 2 ਕਾਨੂੰਨ ਵੱਖਰੇ ਆ। ਹਰਿੰਦਰ ਸਿੰਘ ਜੀ ਸਾਡੇ ਨਾਲ ਫਿਰ ਕਾਲ 'ਤੇ ਆ। ਹਰਿੰਦਰ ਸਿੰਘ ਜੀ, ਆਪਣੀ ਗੱਲ ਜਾਰੀ ਰੱਖੋ, ਜਿਹੜੀ ਤੁਸੀਂ ਗੱਲ ਜਾਰੀ ਰੱਖ ਰਹੇ ਸੀ ਕਿ ਬਰਗਾੜੀ ਦੀ ਵੀ ਜੇ ਗੱਲ ਕਰੀਏ, ਬਰਗਾੜੀ ਦੇ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਮਹਿੰਦਰਪਾਲ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਬਿਲਕੁਲ ਬਿਲਕੁਲ ਨਿਕਰ ਸਾਹਿਬ, ਮੈਂ ਉਸੇ ਗੱਲ ਦੇ ਉੱਤੇ ਆਉਣਾ ਵਾ। ਹਾਂਜੀ, ਹਰਿਆਣਾ ਦੀ ਇਲੈਕਸ਼ਨ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਹਰਿਆਣਾ ਦੇ ਵਿੱਚ ਅਕਤੂਬਰ ਦੇ ਵਿੱਚ ਇਲੈਕਸ਼ਨ ਹੈ, ਵਿਧਾਨ ਸਭਾ ਦੀ। ਉਸ ਚੀਜ਼ ਨੂੰ ਲੈ ਕੇ ਡੇਰੇ ਦਾ ਹੈਡਕੁਆਟਰ ਵੀ ਸਿਰਸਾ ਦੇ ਵਿੱਚ ਆ, ਹਰਿਆਣਾ ਦੇ ਵਿੱਚ ਇਹਨਾਂ ਦੇ ਕਾਰੋਬਾਰ ਵੀ ਵੱਡੀ ਗਿਣਤੀ ਦੇ ਵਿੱਚ ਆ। ਸੋ ਇਸ ਚੀਜ਼ ਨੂੰ ਲੈ ਕੇ ਸਰਕਾਰ ਜਿਹੜੀ ਹੈ ਉਹ ਰਾਮ ਰਹੀਮ ਦੇ ਉੱਤੇ ਰਹਿਮ ਜਿਹੜਾ ਆ ਉਹ ਦਿਖਾ ਰਹੀ ਹੈ। ਰਾਮ ਰਹੀਮ ਨੂੰ ਜੇਕਰ ਪਰੋਲ ਦਿੱਤੀ ਜਾਂਦੀ ਆ ਤਾਂ ਜਿੱਥੇ ਸਰਕਾਰ ਨੂੰ ਫਾਇਦਾ ਹੋਣਾ ਆ, ਬੀਜੇਪੀ ਨੂੰ ਫਾਇਦਾ ਹੋਣਾ ਆ, ਕਿ ਠੀਕ ਥੋੜ੍ਹਾ ਜਿਹਾ ਰੱਖਣ ਬਾਰ ਬਾਰ ਮਿੰਟ ਮਿੰਟ ਬਾਅਦ। ਹਾਂਜੀ, ਕਾਲ ਜਿਹੜੀ ਆ ਫਿਰ ਡਰੋਪ ਹੋ ਗਈ ਆ, 1-2 ਵਾਰੀ ਤਾਂ ਡਰੋਪ ਹੋ ਸਕਦੀ ਆ। ਸਾਨੂੰ ਆਪਣੀ ਡਿਊਟੀ ਜਿਹੜੀ ਆ ਉਹ ਚੰਗੀ ਤਰ੍ਹਾਂ ਜਿਹੜੀ ਆ ਡਿਊਟੀ ਦੇ ਵਿੱਚ ਕਤਾਈ ਨਹੀਂ ਕਰਨੀ ਚਾਹੀਦੀ। ਅਗਰ ਜੇ ਕੋਈ ਬਾਰ ਬਾਰ ਡਰੋਪ ਹੁੰਦੀ ਆ, ਮੌਸਮ ਵੀ ਚੰਗਾ ਭਲਾ ਵਾ, ਇਹ ਕਿਉਂ ਹੁੰਦੀ ਆ, ਪਲੀਜ਼ ਇਹ 'ਤੇ ਥੋੜ੍ਹਾ ਜਿਹਾ ਕੇਅਰ ਕੀਤੀ ਜਾਵੇ। ਫਿਰ ਪਿਆਰੇ ਦਰਸ਼ਕੋ, ਸਾਨੂੰ ਪਤਾ ਵਾ ਤੁਹਾਡਾ ਜਿਹੜਾ ਆਨੰਦ ਬਣਿਆ ਸੀ, ਜਿਹੜਾ ਤੁਹਾਨੂੰ ਸੱਚਾਈ ਦਾ ਪਤਾ ਲੱਗਣ ਡਿਆ ਸੀ, ਥੋੜ੍ਹੀ ਜਿਹੀ ਗੱਲ ਘੱਟ ਹੋ ਗਈ, ਫਿਰ ਅਸੀਂ ਤੁਹਾਨੂੰ ਉਹਦੇ ਨਾਲ ਜੋੜਦੇ ਹਾਂ ਅਤੇ ਆਸ ਕਰਦੇ ਹਾਂ ਕਿ ਇੱਕ ਵਾਰ ਕਾਲ ਜੁੜ ਗਈ ਫਿਰ ਨਹੀਂ ਟੁੱਟਦੀ। ਸੋ ਜਿਸ ਤਰ੍ਹਾਂ ਬਲ ਸਾਹਿਬ ਜੀ, ਕਿ ਕਿੰਨਾ ਦੁੱਖ ਆ ਕਿ ਇੱਕ ਦੇਸ਼ ਦੇ ਵਿੱਚ 2 ਕਾਨੂੰਨ ਆ, ਔਰ ਜਾਂ ਕਹਿ ਲਈਏ ਕਿ ਉਹ ਜਿੱਥੋਂ ਸਰਕਾਰ ਨੂੰ ਜਿੱਦਾਂ ਤੁਸੀਂ ਦੱਸਦੇ ਫਾਇਦਾ ਉਹਨਾਂ ਲਈ ਕਾਨੂੰਨ ਵੱਖਰਾ, ਅਤੇ ਜਿਨ੍ਹਾਂ ਤੋਂ ਨਹੀਂ ਫਾਇਦਾ ਉਹਨਾਂ ਲਈ ਵੱਖਰਾ ਵਾ। ਕਿਉਂਕਿ ਪੇਰੈਂਟਸ ਵਾਸਤੇ ਬੱਚੇ ਇੱਕੋ ਜਿਹੇ ਹੁੰਦੇ ਆ, ਕੋਈ ਨਲਾਇਕ ਹੋਵੇ ਜਾਂ ਕੋਈ ਚੰਗਾ ਹੋਵੇ, ਉਹਨਾਂ ਨੂੰ ਪਿਆਰ ਦੇਣਾ ਚਾਹੀਦਾ ਵਾ। ਕਾਨੂੰਨ ਦੀ ਅਵਸਥਾ ਨੂੰ ਬਣਾਈ ਰੱਖਣਾ ਸਰਕਾਰ ਦਾ ਕੰਮ ਆ, ਪਰ ਜੇ ਸਰਕਾਰਾਂ ਹੀ ਇੱਦਾਂ ਕਹਿਣਗੀਆਂ ਜੀ ਇਹਨੂੰ ਤਾਂ ਪਰੋਲ ਦੇਣੀ ਚਾਹੀਦੀ ਆ, ਇਹਦਾ ਕਰੈਕਟਰ ਸਹੀ ਆ, ਕੀ ਗੱਲ ਉਹਨਾਂ ਨੂੰ ਇਹ ਨਹੀਂ ਦੇਦੇ ਕਿ ਜਿਨ੍ਹਾਂ ਨੇ 1971 ਦੀ ਲੜਾਈ ਦੇ ਵਿੱਚ 65 ਦੇ ਵਿੱਚ ਕਾਰਗਿਲ ਦੇ ਵਿੱਚ ਡਾਂਗਾ ਖਾਧੀਆਂ, ਛਾਤੀਆਂ ਅੱਗੇ ਡਾਹ ਕੇ ਲੜੇ ਆ, ਔਰ ਉਹਨਾਂ ਦਾ ਕਰੈਕਟਰ ਅੱਜ ਮਾੜਾ ਹੋ ਗਿਆ, ਜਿਹੜੇ ਸਰਬੱਤ ਦਾ ਭਲਾ ਮੰਗਦੇ ਆ, ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਮੈਂ ਇਹੋ ਜ਼ਿਆਦਾ ਕਹਿਣ ਕੋਸ਼ਿਸ਼ ਕਰ ਰਿਹਾ ਕਿ ਜਿਸ ਤਰ੍ਹਾਂ ਕਿ ਰਾਮ ਰਹੀਮ ਦਾ ਕਰੈਕਟਰ ਬਾਰੇ ਜੇ ਉਹਦਾ ਚੰਗਾ ਹੁੰਦਾ ਤਾਂ ਅੰਦਰ ਹੀ ਨਾ ਜਾਂਦਾ। ਐਂ ਜੇ ਉਹ ਇੰਨਾ ਮਨੋਜ ਕੁਮਾਰ ਤੋਂ ਮਿਨਿਸਟਰਾਂ ਨੂੰ ਪਤਾ ਆ ਉਹਦਾ ਕਰੈਕਟਰ ਬੜਾ ਸਫਾਈਆਂ ਦੇਣ ਡਿਆ ਆ, ਉਦੋਂ ਉਹਦਾ ਕਰੈਕਟਰ ਕਿੱਦਾਂ ਖਰਾਬ ਹੋ ਗਿਆ? ਵੀ ਤੁਹਾਡੇ ਕੋਲ ਤੁਹਾਡੇ ਨਾਂ ਰਿਹਾ, ਇਹਨਾਂ ਨੇ ਮਿਨਿਸਟਰਾਂ ਨੇ ਉਹ ਕੋਲ ਪੈਸਾ ਲੈਣਾ ਆ ਉਹਦੇ ਪੈਰਾਂ ਕਰੋ, ਕਿਉਂਕਿ ਉਹ ਇੱਥੇ ਜਿਹੜੀ ਇਲੈਕਸ਼ਨ ਲੜਨੀ ਹੈਗੀ ਆਮ ਬੰਦੇ ਦੇ ਬਸਤੀ ਗੱਲ ਨਹੀਂ ਗੀ, ਕਰੋੜਾਂ ਦੇ ਵਿੱਚ ਇਲੈਕਸ਼ਨ ਲੜੀ ਜਾਂਦੀ ਆ।
ਜਿਹਨੇ ਕਰੋੜਾਂ ਖਰਚ ਕਰਨਾ ਤੇ ਉਹਨੇ ਉਹਨੂੰ ਆਪਣੀ ਵੋਟ ਦਾ ਵੀ ਫਿਕਰ ਹੈਗਾ ਆ, ਉਹਨੂੰ ਪੈਸੇ ਦਾ ਫਿਕਰ ਹੈਗਾ ਮੈਂ ਕਿੱਥੋਂ ਲੈਣਾ ਆ। ਜੇ ਉਹ ਇੱਦਾਂ ਗਲਤ ਕੰਮ ਨਾ ਕਰਨਗੇ, ਉਹ ਸਫਾਈਆਂ ਨਾ ਦੇਣਗੇ, ਅਜੇ ਲੈਟਰ ਲਿਖ ਕੇ ਨਾ ਦੇਣਗੇ ਤੇ ਉਹ ਇਲੈਕਸ਼ਨ ਕਿੱਥੋਂ ਲੜ ਸਕਦੇ ਆ। ਆਪਾਂ ਇਹ ਗੱਲ ਕਹਿ ਸਕਦੇ ਹਾਂ ਪਿਆਰੇ ਦਸ਼ਰੋ, ਜੇ ਇੱਕ ਵਿਗੜੂ ਤੇ ਸਮਝਾਊ ਵਿਹੜਾ, ਜੇ ਵਿਹੜਾ ਵਿਗੜੂ ਸਮਝਾਊ ਕਿਹੜਾ, ਆਉਂਦੇ ਆ ਤਾਂਦਨੀ ਉਲਝਿਆ ਤਾਣੀ ਉਲਝੀ ਪਈ ਆ, ਕੀ ਬਣੂਗਾ? ਹਾਂਜੀ, ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਸੁਧਾਰ ਲਿਆਉਣ ਦੀ ਲੋੜ ਹੈਗੀ ਆ। ਭਾਵਾਂ ਕਿ ਇਹਨਾਂ ਨੇ ਕੰਡੀਸ਼ਨ ਲਾਈਆਂ ਹੈਗੀਆਂ 25,000 ਤੱਕ ਖਰਚ ਕਰ ਸਕਦੇ ਆ, ਉੱਤੇ ਲੱਖ ਤੱਕ ਖਰਚ ਕਰ ਸਕਦੇ ਆ, ਪਰ ਜੇ ਇਹਨਾਂ ਦੀ ਅੱਜ ਅਸੀਂ ਸਾਰੇ ਜਾਇਦਾਦਾਂ ਦੇਖਦੇ ਹੈਗੇ ਹਾਂ, ਇਹਨਾਂ ਦੀਆਂ 10 ਗੁਣਾ ਵਧੀਆਂ ਹੋਈਆਂ। ਸੋ ਆਪਾਂ ਫਿਰ ਤੁਹਾਡੇ ਵੱਲ ਆਉਂਦੇ ਹਾਂ ਬਲ ਸਾਹਿਬ ਕਾਲ 'ਤੇ, ਫਿਰ ਹਰਿੰਦਰ ਸਿੰਘ ਜੀ ਜੁੜੇ ਆ। ਹਰਿੰਦਰ ਸਿੰਘ ਜੀ ਤੁਹਾਡਾ ਫਿਰ ਧੰਨਵਾਦ ਆ, ਅਤੇ ਆਪਣੀ ਗੱਲ ਜਿਹੜੀ ਆ ਉਹ ਜਾਰੀ ਰੱਖੋ। ਜਿਸ ਹਿਸਾਬ ਨਾਲ ਤੁਸੀਂ ਚੱਲਦੇ ਸੀ, ਸੰਗਤਾਂ ਬੜੇ ਹੀ ਵਿਸਤਾਰ ਦੇ ਨਾਲ ਤੁਹਾਨੂੰ ਸੁਣ ਰਹੀ ਆ ਹੀ। ਹਾਂਜੀ ਦੱਸੋ, ਇਹ ਸਾਰੀ ਜਿਹੜਾ ਪਰੋਲ ਦਾ ਸਿਸਟਮ ਆ ਕਿ ਇਹ ਹਰਿਆਣਾ ਸਰਕਾਰ ਵੀ ਸਪੋਰਟ ਕਰ ਰਹੀ, ਇਹਨੂੰ ਪਰੋਲ ਦਿੱਤੀ ਜਾਣੀ ਚਾਹੀਦੀ ਆ? ਜਿਹੜੇ ਸਿੱਖ ਬੱਚੇ ਫੜੇ ਗਏ ਸੀ ਉਹ ਬੁੱਢੇ ਹੋ ਗਏ ਜੇਲ੍ਹਾਂ 'ਚ, ਉਹ ਕੀ ਗੱਲ, ਉਹ ਖੇਤੀ ਨਹੀਂ ਸੀ ਕਰਦੇ, ਖੇਤੀ ਦੇ ਆਧਾਰ 'ਤੇ ਇਹ ਸਰਸਾ ਸਾਹਿਬ ਪਰੋਲ ਮੰਗ ਰਿਹਾ ਜੀ? ਬਿਲਕੁਲ ਜੀ, ਇਹ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਤੁਹਾਡੀ ਗੱਲ ਜਿਹੜੀ ਆ ਉਹ ਬਿਲਕੁਲ ਦਰੁਸਤ ਆ ਕਿ ਇਸ ਨੂੰ ਖੇਤੀ ਵਾਸਤੇ ਜਿਹੜੀ ਪਰੋਲ ਆ ਉਹ ਮੰਗੀ ਜਾ ਰਹੀ ਆ, ਪਰ ਇਸ ਦੇ ਨਾਲ ਨਾਲ ਰਾਮਚੰਦਰ ਛਤਰਪਤੀ ਦਾ ਪਰਿਵਾਰ ਵੀ ਇਹੀ ਗੱਲ ਕਹਿ ਰਿਹਾ ਆ ਕਿ ਨਾ ਤੇ ਜਿਹੜਾ ਰਾਮ ਰਹੀਮ ਆ ਉਹ ਕਿਸਾਨ ਆ ਜਿਹੜੀ ਇਸਨੇ ਆ ਕੇ ਖੇਤੀ ਕਰਨੀ ਆ, ਇਹ ਇੱਕ ਜਾਣ ਕੇ ਹੀ ਇੱਕ ਪੂਰੀ ਤਰੀਕੇ ਦੇ ਨਾਲ ਟਕਵੰਡ ਜਿਹੜਾ ਆ ਉਹ ਰਚਿਆ ਜਾ ਰਿਹਾ ਆ ਕਿ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ 42 ਦਿਨਾਂ ਦੇ ਵਾਸਤੇ ਬਾਹਰ ਲੈ ਆਂਦਾ ਜਾਵੇ। ਪਰ ਉੱਥੇ ਹੀ ਇਹ ਵੀ ਗੱਲ ਸਾਹਮਣੇ ਆਉਂਦੀ ਆ ਕਿ ਜਿਹੜਾ ਪੱਤਰਕਾਰ ਰਾਮਚੰਦਰ ਛਤਰਪਤੀ ਉਹਦਾ ਪਰਿਵਾਰ ਇਹ ਵੀ ਗੱਲ ਕਹਿ ਰਿਹਾ ਆ ਕਿ ਕੀ 42 ਦਿਨ ਬਾਹਰ ਆਉਣ ਤੋਂ ਬਾਅਦ ਦੇ ਵਿੱਚ ਦੁਬਾਰਾ ਸਰਕਾਰ ਜਿਹੜੀ ਆ ਇਸਨੂੰ ਫਿਰ ਜੇਲ੍ਹ ਦੇ ਵਿੱਚ ਭੇਜ ਸਕੂਗੀ। ਇਹ ਬੜਾ ਇੱਕ ਅਹਿਮ ਸਵਾਲ ਆ ਕਿ ਇਸਨੂੰ ਦੁਬਾਰਾ ਹੋ ਸਕਦਾ ਕਿ ਜੇਲ੍ਹ ਦੇ ਵਿੱਚ ਭੇਜਣ ਹੀ ਨਾ, ਇੱਕ ਸਾਜਿਸ਼ ਦੇ ਤਹਿਤ ਇਸਨੂੰ ਬਾਹਰ ਲਿਆਂਦਾ ਜਾ ਰਿਹਾ ਆ। ਇਹ ਜੇ ਬਾਹਰ ਹੁਣ ਆਊਗਾ ਇਸਦੀ ਜਿਹੜੀ ਸਮੁੱਚੀ ਸਲਤਨਤ ਆ ਉਹ ਸਾਰੀ ਸਲਤਨਤ ਜਿਹੜੀ ਉਸਨੂੰ ਇਹ ਦੁਬਾਰਾ ਮਜ਼ਬੂਤ ਕਰੂਗਾ। ਤੇ ਪਹਿਲਾਂ ਜਦੋਂ ਇਸਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਸੀ, ਜੋ ਤਬਾਹੀ ਡੇਰਾ ਪ੍ਰੇਮੀਆਂ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੱਖ ਵੱਖ ਜਗ੍ਹਾ ਤੇ ਅੱਗਾਂ ਲਾ ਕੇ ਮਚਾਈ ਸੀਗੀ, ਉਹ ਦੁਬਾਰਾ ਇੱਕ ਵਾਰ ਵੇਖਣ ਨੂੰ ਮਿਲ ਸਕਦੀ। ਸਰਕਾਰ ਨੂੰ ਇਹ ਚੀਜ਼ ਜਿਹੜੀ ਆ ਉਹ ਨਹੀਂ ਭੁੱਲਣੀ ਚਾਹੀਦੀ, ਸਿਰਫ ਆਪਣਾ ਵੋਟ ਬੈਂਕ ਨਾ ਵੇਖੇ ਜਿਹੜਾ ਪ੍ਰੋਪਰਟੀ ਦਾ ਇੰਨਾ ਨੁਕਸਾਨ ਹੁੰਦਾ ਆ ਜਾਂ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੁੰਦੀ ਆ ਜਾਂ ਆਮ ਲੋਕ ਇਸ ਚੀਜ਼ ਦੀ ਚਪੇਟ ਦੇ ਵਿੱਚ ਆਉਂਦੇ ਆ, ਉਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ। ਸਿਰਫ ਸਰਕਾਰ ਆਪਣਾ ਵੋਟਾਂ ਦਾ ਫਾਇਦਾ ਜਿਹੜਾ ਉਹ ਦੇਖ ਰਹੀ ਆ। ਮਹਿੰਦਰਪਾਲ ਬਿੱਟੂ ਦਾ ਜਿਹੜਾ ਕਤਲ ਹੋਇਆ ਵਾ ਉਸ ਦੇ ਉੱਤੇ ਵੀ ਡੇਰਾ ਪ੍ਰੇਮੀ ਜਿਹੜੇ ਆ ਉਹ ਇਸੇ ਕਰਕੇ ਹੀ ਚੁੱਪ ਰਹੇ ਆ ਕਿ ਇੱਕ ਵਾਰ ਰਾਮ ਰਹੀਮ ਜਿਹੜਾ ਆ ਉਹ ਪਰੋਲ ਤੇ ਬਾਹਰ ਆ ਜਾਵੇ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਫਿਰ ਕੋਈ ਨਵੀਆਂ ਸਾਜਿਸ਼ਾਂ ਜਿਹੜੀਆਂ ਆ ਉਹ ਰਚ ਸਕਦੇ ਆ। ਕਿਉਂਕਿ ਡੇਰਾ ਪ੍ਰੇਮੀਆਂ ਨੇ ਬਿੱਟੂ ਦੀ ਮੌਤ ਤੋਂ ਬਾਅਦ ਦੇ ਵਿੱਚ ਸ਼ਾਂਤ ਰਹਿਣ ਦਾ ਮੁੱਖ ਕਾਰਨ ਹੀ ਇਹ ਆ ਕਿ ਉਹ ਚਾਹੁੰਦੇ ਆ ਕਿ ਰਾਮ ਰਹੀਮ ਦੀ ਪਰੋਲ ਦਾ ਮਾਮਲਾ ਜਿਹੜਾ ਆ ਉਹ ਵਿਚਾਰ ਅਧੀਨ ਆ, ਚੱਲ ਰਿਹਾ ਆ, ਉਹ ਬਾਹਰ ਆ ਜੇ ਜੇਕਰ ਉਹ ਕੁਝ ਗੜਬੜੀ ਕਰਦੇ ਆ ਤਾਂ ਰਾਮ ਰਹੀਮ ਦੀ ਪਰੋਲ ਦੇ ਉੱਤੇ ਉਸਦਾ ਸਿੱਧਾ ਅਸਰ ਜਿਹੜਾ ਆ ਉਹ ਪੈ ਸਕਦਾ ਆ। ਇਹ ਹਰਿੰਦਰ ਸਿੰਘ ਜੀ ਜਿਹੜੀ ਆ ਜੀ ਇਹਦੇ ਵਿੱਚ ਜਿਹੜਾ ਮਹਿੰਦਰਪਾਲ ਸਿੰਘ ਨੂੰ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੇ ਜਿਹੜਾ ਵਾ ਸੌਦਾ ਲਾਇਆ ਇਹਦੇ ਬਾਰੇ ਥੋੜ੍ਹਾ ਜਿਹਾ ਬਰੀਫਲੀ ਦੱਸ ਦਿਓ, ਮਹਿੰਦਰਪਾਲ ਸਿੰਘ ਬਾਰੇ ਸੰਗਤਾਂ ਨੂੰ ਜਿਹੜਾ ਪਤਾ ਲੱਗ ਜਾਵੇ ਅਤੇ ਜਿਹੜੇ ਸਿੰਘਾਂ ਨੇ ਸੋਧਿਆ ਵੀ ਕੀ ਅਸਲੀ ਰੀਜ਼ਨ ਕੀ ਸੀਗਾ ਜੀ। ਬਿਲਕੁਲ ਜੀ, ਇਹ ਰੀਜ਼ਨ ਇਹੀ ਸੀਗਾ ਕਿ ਬੰਦਾ ਜਿਹੜਾ ਆ ਡੇਰਾ ਸਿਰਸਾ ਦੀ ਜਿਹੜੀ 45 ਮੈਂਬਰੀ ਕਮੇਟੀ ਆ ਉਸਦਾ ਵੀ ਮੈਂਬਰ ਸੀਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਸੀਗੀ, ਸਰੂਪ ਜਿਹੜਾ ਚੋਰੀ ਹੋਇਆ ਸੀਗਾ ਉਸ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਮਾਸਟਰ ਮਾਇੰਡ ਜਿਹੜਾ ਆ ਉਹ ਇਹੀ ਵਿਅਕਤੀ ਸੀਗਾ। ਪਰ ਜਿਹੜੀ ਪੁਲਿਸ ਆ ਉਸਨੇ ਵੀ ਸਹੀ ਤਰੀਕੇ ਨਾਲ ਕਾਰਵਾਈ ਜਿਹੜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਉਦੋਂ ਬਾਅਦ ਦੇ ਵਿੱਚ ਕੀਤੀ ਨਹੀਂ ਗਈ, ਇਹ ਕਾਰਵਾਈ ਉਸ ਤੋਂ ਬਾਅਦ ਦੇ ਵਿੱਚ ਕੋਈ ਡੇਰਾ ਪ੍ਰੇਮੀਆਂ ਤੇ ਸਖ਼ਤੀ ਕੀਤੀ ਜਾਂਦੀ, ਜਿਸ ਦੀ ਇੱਕ ਦੁਕਾਨ ਗੁਰਦੇਵ ਸਿੰਘ ਡੇਰਾ ਪ੍ਰੇਮੀ ਦੀ ਉਹ ਗੁਰਦੁਆਰੇ ਦੇ ਨੇੜੇ ਸੀ ਜੀ ਜਦੋਂ ਸਰੂਪ ਚੋਰੀ ਹੋਇਆ ਉਸ ਦੇ ਉੱਤੇ ਸਖ਼ਤੀ ਦਿਖਾਈ ਜਾਂਦੀ ਤਾਂ ਮਾਮਲਾ ਉਦੋਂ ਹੀ ਹੱਲ ਜਿਹੜਾ ਆ ਉਹ ਹੋ ਜਾਣਾ ਸੀਗਾ। ਪਰ ਪੁਲਿਸ ਤਾਂ ਸਰਕਾਰਾਂ ਦੀ ਜਿਹੜੀ ਆ ਉਹ ਮਜਬੂਰੀ ਇਹੀ ਹੁੰਦੀ ਆ ਕਿ ਸਰਕਾਰਾਂ ਪੁਲਿਸ ਨੂੰ ਸਹੀ ਤਰੀਕੇ ਨਾਲ ਕੰਮ ਨਹੀਂ ਕਰਨ ਦਿੰਦੀਆਂ। ਵੋਟ ਬੈਂਕ ਦਾ ਹੀ ਹਰ ਪਾਸੇ ਮਸਲਾ ਜਿਹੜਾ, ਗੱਲ ਪੰਜਾਬ ਦੀ ਕਰੀਏ ਉਦੋਂ ਅਕਾਲੀ ਸਰਕਾਰ ਸੀਗੀ ਪੰਜਾਬ ਦੇ ਵਿੱਚ, ਗੱਲ ਹੁਣ ਹਰਿਆਣਾ ਦੀ ਕਰ ਲਈਏ, ਪਰੋਲ ਮਿਲ ਰਹੀ ਆ ਬੀਜੇਪੀ ਦੀ ਸਰਕਾਰ ਰਾਮ ਰਹੀਮ ਨੂੰ ਪਰੋਲ ਦਵਾ ਰਹੀ ਆ ਕਿ ਵੋਟ ਬੈਂਕ ਜਿਹੜਾ ਆ ਉਹ ਮਜ਼ਬੂਤ ਰੱਖੀਏ। ਸੋ ਜਿਹੜਾ ਜੇਲ੍ਹ ਦੇ ਵਿੱਚ
ਸੋਧਾ ਲਾਇਆ ਗਿਆ ਆ ਉਹ ਇਹੀ ਕਾਰਨ ਸੀਗਾ ਕਿ ਵਿਅਕਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਸੀਗੀ ਜਦੋਂ ਉਹਨਾਂ ਨੌਜਵਾਨਾਂ ਨੂੰ ਪਤਾ ਲੱਗਾ ਕਿ ਇਹ ਵਿਅਕਤੀ ਆ ਇਹ ਮਾਸਟਰ ਮਾਇੰਡ ਆ ਇਸ ਨੂੰ ਸਜ਼ਾ ਵੀ ਇਸੇ ਕਰਕੇ ਹੋਈ ਆ ਤਾਂ ਉਹਨਾਂ ਨੇ ਉਸਨੂੰ ਜੇਲ੍ਹ ਦੇ ਅੰਦਰ ਹੀ ਜਿਹੜਾ ਸੋਧਾ ਆ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਦੇ ਵੱਲੋਂ ਲਗਾਇਆ ਗਿਆ ਹੈ। ਉਸਦਾ ਮੁੱਖ ਕਾਰਨ ਇਹੀ ਸੀਗਾ ਕਿ ਉਹਨਾਂ ਨੂੰ ਵੀ ਰੋਸ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਇੱਜ਼ਤੀ ਹੋਈ ਆ ਉਸਦਾ ਦੋਸ਼ੀ ਸਾਡੇ ਹੱਥੇ ਚੜ ਗਿਆ ਆ ਤਾਂ ਇਹ ਸੁੱਕਾ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਖਾਲਸੇ ਦੀ ਇਹ ਸ਼ੁਰੂ ਤੋਂ ਹੀ ਰਵਾਇਤ ਜਿਹੜੀ ਆ ਉਹ ਰਹੀ ਆ। ਗੱਲ ਕਰੀਏ ਮੱਸੇ ਰੰਗੜ ਦੀ ਤਾਂ ਉਸਦਾ ਵੀ ਮਹਤਾਬ ਸਿੰਘ ਸੁੱਕਾ ਸਿੰਘ ਨੇ ਜਿਹੜਾ ਆ ਉਹ ਉਸਦਾ ਸਿਰ ਜਿਹੜਾ ਆ ਕੱਟਿਆ ਸੀਗਾ ਜਦੋਂ ਦਰਬਾਰ ਸਾਹਿਬ ਬੇਇੱਜ਼ਤੀ ਕੀਤੀ ਸੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਦਾ ਜਿਹੜਾ ਮਾਮਲਾ ਸੀਗਾ ਉਸ ਨੂੰ ਲੈ ਕੇ ਮੈਂ ਸਮਝਦਾ ਹਾਂ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੋਵਾਂ ਸੂਰਮਿਆਂ ਨੇ ਕੰਮ ਇਹ ਕੀਤਾ ਆ ਉਹ ਇਹੀ ਮੁੱਖ ਕਾਰਨ ਸੀਗਾ ਕਿ ਉਹਨਾਂ ਨੂੰ ਵੀ ਵਿਅਕਤੀ ਦਾ ਜਿਹੜਾ ਰੋਸ ਸੀਗਾ ਉਹ ਹੈਗਾ ਸੀਗਾ। ਉੱਥੇ ਹੀ ਗੱਲ ਕਰੀਏ ਇੱਕ ਵਿਅਕਤੀ 2 ਸਾਲ ਦੀ ਸਜ਼ਾ ਜਿਹੜੀ ਆ ਉਹ ਅਜੇ ਉਹਨੇ ਪੂਰੀ ਨੀ ਕੀਤੀ, ਉਸ ਦੀ ਪਰੋਲ ਦੀਆਂ ਗੱਲਾਂ ਜਿਹੜੀਆਂ ਆ ਉਹ ਚੱਲ ਪਈਆਂ ਨੇ। ਤੇ ਉੱਥੇ ਦੂਜੇ ਪਾਸੇ ਜਿਹੜੇ ਸਿੱਖ ਬੰਦੀ ਨੇ ਜਿਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਆ ਉਹਨਾਂ ਚੋਂ ਕਈ ਅਜਿਹੇ ਵੀ ਹੈਗੇ ਆ ਜਿਹਨਾਂ ਨੂੰ ਪਰੋਲ ਤਾਂ ਕਦੇ ਵੀ ਨਹੀਂ ਮਿਲੀ ਤੇ ਕਈਆਂ ਦੀ ਤੇ ਮੌਤ ਵੀ ਜੇਲ੍ਹ ਦੇ ਅੰਦਰ ਹੀ ਹੋ ਗਈ ਆ। ਤੇ ਜਿਹੜੇ ਕੁਝ ਆਪਣੀ ਜਵਾਨੀ ਦੇ ਵਕਤ ਦੇ ਜੇਲ੍ਹਾਂ ਦੇ ਵਿੱਚ ਬੰਦ ਸੀਗੇ ਉਹ ਅੱਜ ਬੁੱਢੇ ਹੋ ਚੁੱਕੇ ਆ ਤੇ ਅਜੇ ਵੀ ਸਰਕਾਰ ਨੂੰ ਉਹਨਾਂ ਤੋਂ ਖਤਰਾ ਆ। ਪਰ ਇੱਕ ਅਜਿਹਾ ਵਿਅਕਤੀ ਜਿਸ ਦੇ ਉੱਤੇ ਇੰਨੇ ਮਾਮਲੇ ਚੱਲ ਰਹੇ ਆ ਉਹ ਸਾਬਤ ਵੀ ਹੋ ਗਏ ਆ, ਉਸਨੂੰ ਸਜ਼ਾ ਵੀ ਹੋ ਗਈ ਆ, ਉਸ ਨੂੰ ਫਿਰ ਸਰਕਾਰਾਂ ਜਿਹੜੀਆਂ ਆ ਉਹ ਛਡਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਮਾਮਲਾ ਵੋਟ ਬੈਂਕ ਦਾ ਹੀ ਫਿਰ ਉੱਤੇ ਆਉਂਦਾ ਆ। ਹਰਿੰਦਰ ਸਿੰਘ ਜੀ, ਰਾਮ ਰਹੀਮ ਜਿਹੜਾ ਆ ਉਹ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੈ ਕਿ ਉਹ ਸਿੱਖ ਨੌਜਵਾਨ ਜਿਹੜੇ ਬੱਚੇ ਹੀ ਤੇ ਬੁੱਢੇ ਹੋ ਗਏ ਆ, ਉਹਨਾਂ ਦੇ ਮਾਪੇ ਮਰ ਚੁੱਕੇ ਆ, ਉਹਨਾਂ ਦੇ ਹੱਥ ਵੀ ਡੰਗੋਰੀਆਂ ਅੱਖਾਂ ਤੋਂ ਆ ਰਹੀ ਹੋ ਗਿਆ ਜਿਹੜੇ ਜੇਲ੍ਹਾਂ 'ਚ ਬੰਦ ਆ। ਔਰ ਪਿਆਰੇ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ 98% ਉਹ ਸਿੱਖ ਕੈਦੀ ਆ ਜਿਹੜੇ ਖੇਤੀ ਨਾਲ ਸੰਬੰਧ ਸੀ, ਅਤੇ ਸਰਕਾਰ ਨੂੰ ਉਹਨਾਂ 'ਤੇ ਕਿਉਂ ਨਹੀਂ ਦੱਸਿਆ ਕਿ ਇਹਨਾਂ ਦੇ ਮਾਪੇ ਮਰ ਗਏ ਆ, ਇਹ ਹੱਥ ਉਹ ਤਰਸਦੇ ਰਹੇ ਆਪਣੇ ਬੱਚਿਆਂ ਨੂੰ ਵੀ ਪਰੋਲ 'ਤੇ ਆਉਣ ਔਰ ਖੇਤੀ ਦੇ ਵਿੱਚ ਜਿਹੜਾ ਹੱਥ ਵਢਾਉਣ, ਇਕੱਲਾ ਉਹਨਾਂ ਨੂੰ ਰਾਮ ਰਹੀਮ ਦੀ ਖੇਤੀ ਦਾ ਕਿਉਂ ਤਰਸ ਆ ਗਿਆ? ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਜਿਹੜੇ ਜਿਹੜਾ ਰਾਮ ਰਹੀਮ ਆ ਉਸ ਦੇ ਉੱਤੇ ਤਰਸ ਇਸ ਕਰਕੇ ਆ ਰਿਹਾ ਆ, ਸਰਕਾਰਾਂ ਜਿਹੜੀਆਂ ਆ ਇਹ ਨਿੱਜਰ ਸਾਹਿਬ ਕਿਸੇ ਦੀਆਂ ਵੀ ਸਕੀਆਂ ਨਹੀਂ ਹੁੰਦੀਆਂ, ਇਹ ਸਕੀਆਂ ਰਾਮ ਰਹੀਮ ਦੀਆਂ ਵੀ ਨਹੀਂ ਆ। ਪਰ ਰਾਮ ਰਹੀਮ ਨੂੰ ਬਾਹਰ 42 ਦਿਨਾਂ ਵਾਸਤੇ ਲਿਆਉਣ ਦੀ ਗੱਲ ਜਿਹੜੀ ਚੱਲ ਰਹੀ ਆ ਉਸਦੇ ਪਿੱਛੇ ਮੁੱਖ ਕਾਰਨ ਨੂੰ ਸਮਝਣ ਦੀ ਲੋੜ ਆ ਕਿ ਅਕਤੂਬਰ ਦੇ ਵਿੱਚ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੀ ਆ, ਉਸ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਉਸ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਬਾਹਰ ਆਏਗਾ ਮੰਤਰੀ ਲਗਾਤਾਰ ਉਸਦੇ ਨਾਲ ਮੁਲਾਕਾਤਾਂ ਕਰਨਗੇ, ਸਾਰੀ ਪਲੈਨਿੰਗ ਕੀਤੀ ਜਾਏਗੀ, ਫਿਰ ਉਹ ਨਿਰਦੇਸ਼ ਜਾਰੀ ਜਿਹੜੇ ਡੇਰੇ ਵੱਲੋਂ ਹੋਣੇ ਆ ਉਹ ਹੋਣਗੇ। ਹੋ ਸਕਦਾ ਆ ਕਿ ਇਸ ਨੂੰ 42 ਦਿਨਾਂ ਵਾਸਤੇ ਬਾਹਰ ਲਿਆਂਦਾ ਜਾਵੇ, ਜਿਵੇਂ ਰਾਮਚੰਦਰ ਛਤਰਪਤੀ ਦੀ ਬੇਟੀ ਕਹਿ ਰਹੀ ਆ ਕਿ ਉਸਨੂੰ 42 ਦਿਨਾਂ ਵਾਸਤੇ ਲਿਆਉਣਗੇ, ਬਾਅਦ ਚ ਪਤਾ ਨੀ ਜੇਲ੍ਹ ਚ ਦੁਬਾਰਾ ਭੇਜਦੇ ਜਾਂ ਨਹੀਂ ਭੇਜਦੇ। ਮੈਂ ਸਮਝਦਾ ਕਿ ਚਲੋ ਜੇ 42 ਦਿਨਾਂ ਬਾਅਦ ਉਸਨੂੰ ਭੇਜ ਵੀ ਦੇਣਗੇ ਤਾਂ ਬੀਜੇਪੀ ਦੀ ਜੇਕਰ ਸਰਕਾਰ ਜਿਹੜੀ ਆ ਉਹ ਹਰਿਆਣੇ ਦੇ ਵਿੱਚ ਦੁਬਾਰਾ ਬਣ ਜਾਂਦੀ ਆ ਤਾਂ ਹੋ ਸਕਦਾ ਆ ਇਸ ਮਾਮਲੇ ਦੇ ਵਿੱਚ ਵੀ ਲਗਾਤਾਰ 17 ਸਾਲ ਕੇਸ ਜਿਹੜਾ ਚੱਲਣ ਤੋਂ ਬਾਅਦ ਦੇ ਵਿੱਚ ਰਾਮ ਰਹੀਮ ਨੂੰ ਸਜ਼ਾ ਜਿਹੜੀ ਆ ਉਹ ਹੋਈ ਆ। ਜੇਕਰ ਉਸਨੂੰ ਜੇਲ੍ਹ ਦੇ ਵਿੱਚ ਦੁਬਾਰਾ ਭੇਜਿਆ ਵੀ ਜਾਂਦਾ ਆ ਤਾਂ ਜਦੋਂ ਸਰਕਾਰ ਇੱਥੇ ਬੀਜੇਪੀ ਦੀ ਬਣ ਗਈ ਦੁਬਾਰਾ ਹਰਿਆਣਾ ਦੇ ਵਿੱਚ, ਹੋ ਸਕਦਾ ਉਸਨੂੰ ਪੱਕੇ ਤੌਰ ਦੇ ਉੱਤੇ ਹੀ ਬਾਹਰ ਜਿਹੜਾ ਆ ਉਹ ਲਿਆਂਦਾ ਜਾਵੇ। ਕਿਉਂਕਿ ਜੇ ਅਕੋਰਡਿੰਗ ਟੂ ਲਾ ਦੇਖੀਏ ਤਾਂ ਇੱਕ ਬੰਦੇ ਨੂੰ 2 ਸਾਲ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਪਰੋਲ ਮਿਲ ਹੀ ਨਹੀਂ ਸਕਦੀ। ਪਰ ਇੱਥੇ ਸ਼ੰਕਾ ਜੁਡੀਸ਼ਰੀ ਦੇ ਉੱਤੇ ਵੀ ਖੜਾ ਹੁੰਦਾ ਆ ਕਿ ਕਿਵੇਂ ਜਿਹੜਾ ਇੱਕ ਕਾਨੂੰਨ ਆ ਉਹ ਬਦਲ ਜਾਂਦਾ ਹੈ ਇੱਕ ਅਜਿਹੇ ਵਿਅਕਤੀ ਵਾਸਤੇ ਜਿਸ ਤੋਂ ਸਰਕਾਰ ਆਪਣੇ ਮਫਾਦਾਂ ਵਾਸਤੇ ਵੋਟ ਬੈਂਕ ਵਾਸਤੇ ਉਸਨੂੰ 42 ਦਿਨਾਂ ਵਾਸਤੇ ਛੁਡਾ ਰਹੀ ਆ। ਸੋ ਇਹ ਇੱਕ ਬਹੁਤ ਵੱਡੀ ਗੱਲ ਆ। ਹਰਿਆਣਾ ਦੇ ਜਿਹੜੇ ਮੰਤਰੀ ਨੇ ਉਹ ਵੀ ਅਜਿਹੇ ਬਿਆਨ ਦੇ ਰਹੇ ਆ ਕਿ ਇੱਕ ਕੈਦੀ ਜਿਹੜਾ ਆ ਉਸਦਾ ਹੱਕ ਬਣਦਾ ਆ ਕਿ ਉਸਨੂੰ ਪਰੋਲ ਜਿਹੜੀ ਆ ਉਹ ਮਿਲ ਸਕਦੀ ਆ। ਪਰ ਦੋਹਰਾ ਕਾਨੂੰਨ ਭਾਰਤ ਦੇ ਵਿੱਚ ਕਿਉਂ ਚੱਲ ਰਿਹਾ ਆ? ਇੱਕ ਪਾਸੇ ਸਿੱਖ ਜਿਨ੍ਹਾਂ ਦੇ ਵਾਸਤੇ ਵੱਖ ਵੱਖ ਮੋਰਚੇ ਵੀ ਲੱਗੇ ਪਰ ਅੱਜ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਪਰ ਦੂਜੇ ਪਾਸੇ ਗੱਲ ਕਰੀਏ ਜੇ ਕ੍ਰਿਮੀਨਲ ਵਿਅਕਤੀ ਦੀ ਜਿਸ ਦੇ ਉੱਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਆ, ਹੱਤਿਆ ਦੇ ਮਾਮਲੇ ਆ, ਕੁਝ ਵਿਅਕਤੀਆਂ ਨੂੰ ਨਮਰਦ ਬਣਾਉਣ ਦੇ ਮਾਮਲੇ ਆ, ਬਹੁਤ ਹੀ ਵੱਡੇ ਵੱਡੇ ਮਾਮਲੇ ਜਿਸ ਦੇ ਉੱਤੇ ਦਰਜ ਨੇ, ਤਾਂ ਉਸਨੂੰ ਫਿਰ ਸਰਕਾਰ ਛਡਾਉਣ ਵਾਸਤੇ ਪੱਬਾਂ ਭਾਰ ਜਿਹੜੀ ਹੋਈ ਪਈ ਆ। ਇਸ ਦੇ ਪਿੱਛੇ ਵੱਡਾ ਕਾਰਨ ਇਹੀ ਆ ਕਿ ਇੱਕ ਵਾਰੀ ਰਾਮ ਰਹੀਮ ਨੂੰ ਲਿਆ ਕੇ ਅਕਤੂਬਰ ਦੀ ਜਿਹੜੀ ਇਲੈਕਸ਼ਨ ਆ ਉਸ ਵਾਸਤੇ ਪਲੈਨਿੰਗ ਕੀਤੀ ਜਾਵੇ, ਤਾਂ ਇਹ ਵੱਡਾ ਕਾਰਨ ਜਿਹੜਾ ਰਾਮ ਰਹੀਮ ਦੇ
ਵਾਸਤੇ ਹੈਗਾ ਆ, ਪਰ ਉਹਦੇ ਨਾਲ ਨਾਲ ਗੱਲ ਕੀਤੀ ਜਾਵੇ ਤਾਂ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਵੀ ਛੱਡਿਆ ਜਾਣਾ ਚਾਹੀਦਾ, ਜਿਹਨਾਂ ਨੇ 20-20 ਸਾਲ ਤੋਂ ਵੀ ਵੱਧ ਸਜ਼ਾ ਜਿਹੜੀਆਂ 25-25 ਸਾਲ ਤੋਂ ਵੀ ਵੱਧ ਸਜ਼ਾਵਾਂ ਜਿਹੜੀਆਂ ਆ ਉਹ ਪੂਰੀਆਂ ਕਰ ਲਈਆਂ ਨੇ। ਪਰ ਇਹ ਮੈਂ ਸਮਝਦਾ ਕਿ ਬੜੀ ਇੱਕ ਮਾੜੀ ਗੱਲ ਆ, ਇੱਕ ਘਰਾਉਣੀ ਗੱਲ ਆ, ਤੇ ਭਾਰਤੀ ਕਾਨੂੰਨ ਜਿਹੜਾ ਆ ਉਹ ਵੀ ਮੈਂ ਸਮਝਦਾ ਆ ਕਿ ਜਿਹੜੇ ਘੱਟ ਗਿਣਤੀਆਂ ਉਹਨਾਂ ਵਾਸਤੇ ਹੋ ਰਿਹਾ ਤੇ ਜਿਹੜੇ ਦੂਸਰੇ ਲੋਕ ਆ ਉਹਨਾਂ ਵਾਸਤੇ ਹੋ ਰਿਹਾ। ਸੋ ਇਸ ਕਰਕੇ ਇਹ ਜੁਡੀਸ਼ਰੀ ਜਿਹੜੀ ਆ ਇਸ ਨੂੰ ਬੜਾ ਨਿਰਪੱਖ ਸਮਝਿਆ ਜਾਂਦਾ ਕਿ ਜੁਡੀਸ਼ਰੀ ਜਿਹੜੀ ਆ ਕਾਨੂੰਨ ਜਿਹੜਾ ਆ ਉਹ ਬੜਾ ਸਹੀ ਤਰੀਕੇ ਨਾਲ ਕੰਮ ਕਰਦਾ ਆ। ਪਰ ਇੱਕ ਵਾਰ ਫਿਰ ਮੈਂ ਸਮਝਦਾ ਆ ਕਿ ਇਸ ਮਾਮਲੇ ਵਾਸਤੇ ਜਿਹੜਾ ਰਾਮ ਰਹੀਮ ਦਾ ਮਾਮਲਾ ਜਿਹੜਾ 17 ਸਾਲ ਤੱਕ ਜਿਹਨਾਂ ਲੋਕਾਂ ਨੇ ਇਹ ਕੇਸ ਜਿਹੜਾ ਲੜਿਆ ਹੈ, ਛਤਰਪਤੀ ਜਿਹੜਾ ਪੱਤਰਕਾਰ ਸੀਗਾ ਉਸ ਦੇ ਪਰਿਵਾਰ ਨੇ ਕੇਸ ਲੜਿਆ ਆ, ਉਹ ਇੱਕ ਵਾਰ ਫਿਰ ਚਿੰਤਾ ਦੇ ਵਿੱਚ ਆ ਕਿ ਇਸ ਵਿਅਕਤੀ ਦੇ ਖਿਲਾਫ ਇੰਨਾ ਲੰਮਾ ਸਮਾਂ ਲੜਨ ਤੋਂ ਬਾਅਦ ਦੇ ਵਿੱਚ ਵੀ ਸਰਕਾਰਾਂ ਫਿਰ ਉਸ ਨੂੰ ਲਿਆਉਣ ਵਾਸਤੇ ਸਾਜਿਸ਼ ਜਿਹੜੀ ਆ ਉਹ ਰਚੀ ਜਾ ਰਹੀ ਆ ਇੱਕ ਅਜਿਹੇ ਕ੍ਰਿਮੀਨਲ ਵਿਅਕਤੀ ਨੂੰ ਬਾਹਰ ਲਿਆਉਣ ਵਾਸਤੇ ਜਿਹਦੇ ਜਦੋਂ ਅੰਦਰ ਗਿਆ ਸੀ ਤਾਂ ਉਦੋਂ ਵੀ ਬਹੁਤ ਸਾਰੀ ਸਰਕਾਰੀ ਜਾਇਦਾਦ ਜਿਹੜੀ ਲੋਕਾਂ ਦੇ ਟੈਕਸਾਂ ਤੋਂ ਬਣੀ ਜਾਇਦਾਦ ਸੀਗੀ ਉਸਨੂੰ ਤਬਾਹ ਡੇਰਾਪ੍ਰੇਮੀਆਂ ਵੱਲੋਂ ਕੀਤਾ ਗਿਆ ਸੀ। ਸੋ ਇੱਕ ਵਾਰ ਫਿਰ ਮੈਂ ਸਮਝਦਾ ਕਿ ਉਸਨੂੰ ਬਾਹਰ ਲਿਆ ਕੇ ਉਸਨੂੰ ਫਿਰ ਦੁਬਾਰਾ ਜੇਲ੍ਹ ਚ ਭੇਜਣਾ ਜਿਹੜਾ ਆ ਉਹ ਸਰਕਾਰ ਫਿਰ ਮੈਂ ਸਮਝਦਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਸਾਰਾ ਕੁਛ ਕਰ ਰਹੀ ਆ। ਹਰਿੰਦਰ ਸਿੰਘ ਜੀ, ਮੈਂ ਇੱਕ ਤੁਹਾਨੂੰ ਹੱਥ ਪਾਉਣ ਵਾਲੀ ਗੱਲ ਜਿਹੜੀ ਆ ਉਹ ਬਣ ਰਹੀ ਆ ਕਿ ਇੱਕ ਵਾਰ ਫਿਰ ਜਦੋਂ 42 ਦਿਨ ਉਹ ਰਹਿ ਕੇ ਉਸਨੂੰ ਦੁਬਾਰਾ ਟੱਕਣ ਦੀ ਗੱਲ ਜਿਹੜੀ ਆ ਚੱਲੇਗੀ ਤਾਂ ਉਦੋਂ ਫਿਰ ਕਈ ਤਰੀਕੇ ਦੇ ਨਾਲ ਜਿਹੜੀ ਆ ਉਹ ਡੇਰਾ ਪ੍ਰੇਮੀ ਜਿਹੜੇ ਆ ਉਹ ਹਰਿੰਦਰ ਸਿੰਘ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਕਿ ਜੇ ਉਹ ਰਾਮ ਰਹੀਮ ਪਰੋਲ 'ਤੇ ਆ ਜਾਂਦਾ ਤਾਂ ਕੀ ਉਹ ਜੇਲ੍ਹ ਜਾਊਗਾ, ਕੀ ਖਿਆਲ ਹੈ ਤੁਹਾਡਾ? ਕਿਉਂਕਿ ਆਪਾਂ ਨੇ ਵੀ ਕਾਨੂੰਨ ਨੂੰ ਹੱਥਾਂ 'ਚ ਨਹੀਂ ਲੈਣਾ ਚਾਹੀਦਾ, ਔਰ ਸਾਡੀਆਂ ਸਰਕਾਰਾਂ ਕਹਿੰਦੀਆਂ ਕਿ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ, ਪਰ ਜਸਟਿਸ ਜਿਹੜਾ ਕੁਲਦੀਪ ਸਿੰਘ ਆ ਹਰਿਆਣਾ ਅਤੇ ਪੰਜਾਬ ਹਾਈ ਕੋਰਟ ਦਾ ਜਿਹੜਾ ਜੱਜ ਆ ਉਹ ਕਹਿੰਦਾ ਵਾ ਕਿ ਇਹਨੂੰ ਪਰੋਲ 'ਤੇ ਜੇ ਛੱਡਿਆ ਗਿਆ ਤਾਂ ਲੋਅ ਐਂਡ ਆਰਡਰ ਦੀ ਜਿਹੜੀ ਆ ਪ੍ਰੋਬਲਮ ਆ ਸਕਦੀ ਆ, ਫਿਰ ਅੱਗਾਂ ਲੱਗ ਸਕਦੀਆਂ। ਜਦੋਂ ਇੱਕ ਕਾਨੂੰਨ ਕਹਿੰਦਾ ਨਾ ਛੱਡਿਆ ਜਾਵੇ ਤਾਂ ਉਹ ਕਿਉਂ ਜਿੱਦ ਕਰ ਰਹੇ ਆ? ਇਹ ਤੁਸੀਂ ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂ ਹਰਿਆਣਾ ਸਰਕਾਰ ਉਹਦੀ ਸਪੋਰਟ ਕਰ ਰਹੀ ਆ ਜੇ ਉਹਨੇ ਖੇਤੀ ਦੇ ਨਾਂ 'ਤੇ ਛੱਡਿਆ ਜਾਣਾ? ਕੀ ਪੰਜਾਬ ਦੇ ਵਿੱਚ, ਕੀ ਭਾਰਤ ਦੇ ਵਿੱਚ ਕਿੰਨੇ ਕੈਦੀ ਫੜਿਆ ਜਿਨ੍ਹਾਂ ਦਾ ਖੇਤੀ ਨਾਲ ਸੰਬੰਧ ਆ? ਕਿਉਂ ਨਹੀਂ ਉਹਨਾਂ 'ਤੇ ਧਿਆਨ ਦਿੱਤਾ ਜਾਂਦਾ ਜੀ? ਬਿਲਕੁਲ, ਮੈਂ ਉਹੀ ਗੱਲ ਨਿਜਰ ਸਾਹਿਬ ਪਹਿਲਾਂ ਵੀ ਕਰ ਰਿਹਾ ਸੀਗਾ ਕਿ ਇਸਨੂੰ ਜਿਹੜਾ ਛੱਡਿਆ ਜਾਣਾ ਆ 42 ਦਿਨਾਂ ਵਾਸਤੇ ਇਸ ਨੂੰ ਪਰੋਲ ਦੇ ਉੱਤੇ, ਉਸ ਤੋਂ ਬਾਅਦ ਦੇ ਵਿੱਚ ਸਰਕਾਰ ਵਾਸਤੇ ਫਿਰ ਵੱਡੀ ਮੁਸ਼ਕਲ ਜਿਹੜੀ ਆ ਉਹ ਖੜੀ ਹੋ ਸਕਦੀ ਹੈ। ਇਸਨੂੰ ਜਦੋਂ ਦੁਬਾਰਾ ਫਿਰ ਸੁਨਾਰੀ ਆ ਜੇਲ੍ਹ ਜਿਹੜੀ ਰੋਹਤਕ ਦੀ ਆ ਉਸ ਦੇ ਵਿੱਚ ਭੇਜਿਆ ਜਾਊਗਾ ਤਾਂ ਫਿਰ ਇੱਕ ਵਾਰੀ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਖਰਾਬ ਹੋ ਸਕਦੀ ਆ। ਅੱਗਾਂ ਜਿਸ ਤਰ੍ਹਾਂ ਪਹਿਲਾਂ ਲੱਗੀਆਂ ਸੀਗੀਆਂ, ਬਹੁਤ ਸਾਰੀ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਜਿਹੜਾ ਆ ਉਹ ਹੋਇਆ ਸੀਗਾ, ਉਸੇ ਤਰੀਕੇ ਦੇ ਨਾਲ ਫਿਰ ਡੇਰਾ ਪ੍ਰੇਮੀ ਜਿਹੜੇ ਆ ਉਹ ਇਹਨਾਂ ਘਟਨਾਵਾਂ ਨੂੰ ਅੰਜਾਮ ਜਿਹੜਾ ਆ ਉਹ ਦੇ ਸਕਦੇ ਆ। ਸੋ ਮੈਂ ਉਹੀ ਗੱਲ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਬਲਦੀ ਦੇ ਵਿੱਚ ਜਿਹੜਾ ਆ ਉਹ ਤੇਲ ਪਾਉਣ ਦਾ ਕੰਮ ਜਿਹੜਾ ਆ ਉਹ ਸਰਕਾਰ ਕਰ ਰਹੀ ਆ ਤੇ ਜਿਸ ਤਰ੍ਹਾਂ ਉਸਨੂੰ ਬਾਹਰ ਲਿਆਂਦਾ ਜਾਏਗਾ ਉਸਦੇ ਜਿਹੜੇ ਭਗਤ ਨੇ, ਜਿਹੜੇ ਲੋਕ ਉਸਦੇ ਮੰਨਣ ਵਾਲੇ ਨੇ, ਜਿਹੜੇ ਉਹਨੂੰ ਚਾਹੁੰਦੇ ਨੇ, ਉਹ ਫਿਰ ਉਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਜਿਹੜਾ ਆ ਉਹ ਦੇ ਸਕਦੇ ਆ। ਸੋ ਇਸ ਕਰਕੇ ਉਸਨੂੰ ਬਾਹਰ ਲਿਆਉਣ ਦੀ ਗੱਲ, ਪਹਿਲੀ ਗੱਲ ਤਾਂ ਕਾਨੂੰਨ ਤੌਰ ਦੇ ਉੱਤੇ 2 ਤੋਂ ਪਹਿਲਾਂ ਬਾਹਰ ਜਿਹੜਾ ਕੋਈ ਵਿਅਕਤੀ ਪਰੋਲ ਤੇ ਆ ਹੀ ਨਹੀਂ ਸਕਦਾ। ਪੁਲਿਸ ਜਿਹੜੀ ਹਰਿਆਣਾ ਦੀ ਪੁਲਿਸ ਆ ਉਹ ਇਸ ਦੇ ਉੱਤੇ ਨਰਮਾਈ ਵਰਤ ਰਹੀ ਆ, ਉੱਥੋਂ ਦਾ ਜਿਹੜਾ ਜੇਲ੍ਹ ਮਹਿਕਮਾ ਆ ਉਹ ਨਰਮਾਈ ਵਰਤ ਰਿਹਾ ਆ, ਉੱਥੋਂ ਦੇ ਜਿਹੜਾ ਕਲੈਕਟਰ ਆ ਉਹ ਨਰਮਾਈ ਵਰਤ ਰਿਹਾ, ਡਿਪਟੀ ਕਮਿਸ਼ਨਰ ਉਹ ਨਰਮਾਈ ਵਰਤ ਰਿਹਾ ਆ, ਤੇ ਸਭ ਤੋਂ ਵੱਡੀ ਗੱਲ ਜਿਹੜੇ ਸਰਕਾਰ ਦੇ ਮੰਤਰੀ ਉਸਦੇ ਹੱਥ ਦੇ ਵਿੱਚ ਬਿਆਨ ਜਿਹੜੇ ਆ ਉਹ ਦੇ ਰਿਹਾ, ਇਸਦੇ ਪਿੱਛੇ ਇਹੀ ਮੇਨ ਫੈਕਟਰ ਨਜ਼ਰ ਆਉਂਦਾ ਆ ਕਿ ਹਰਿਆਣਾ ਦੇ ਵਿੱਚ ਜਿਹੜੀ ਇਲੈਕਸ਼ਨ ਆ ਉਸ ਨੂੰ ਮੁੱਖ ਰੱਖਦਿਆਂ ਸਰਕਾਰਾਂ ਕਿਸੇ ਦੀਆਂ ਵੀ ਸ਼ਕਤੀਆਂ ਨਹੀਂ ਹੁੰਦੀਆਂ। ਸਰਕਾਰਾਂ ਦਾ ਕੰਮ ਆ ਕਿ ਅਸੀਂ ਵੋਟਾਂ ਲੈਣੀਆਂ, ਵੋਟਾਂ ਲੈ ਕੇ ਕਿਸੇ ਨੂੰ ਕੋਈ ਵੀ ਪੁੱਛਦਾ ਗੱਲ ਪੰਜਾਬ ਦੀ ਕਰ ਲਓ, ਚਾਹੇ ਹਰਿਆਣੇ ਦੀ ਤੇ ਚਾਹੇ ਸਮੁੱਚੇ ਭਾਰਤ ਦੀ। ਗੱਲ ਇਹੀ ਆ ਕਿ ਇਹਨਾਂ ਨੇ ਉਸਨੂੰ ਫਿਰ ਇੱਕ ਵਾਰ ਵਰਤਣਾ ਆ, ਪਰ ਵੋਟਾਂ ਵਾਸਤੇ ਉਸਨੂੰ ਵਰਤਣ ਤੋਂ ਬਾਅਦ ਦੇ ਵਿੱਚ ਆਮ ਲੋਕਾਂ ਦਾ ਤੇ ਸਰਕਾਰੀ ਜਿਹੜੀ ਪ੍ਰੋਪਰਟੀ ਜਿਹੜੀ ਲੋਕਾਂ ਦੇ ਟੈਕਸਾਂ ਨਾਲ ਬਣੀ ਆ ਉਸਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਜਿਹੜਾ ਆ ਉਹ ਜ਼ਾਹਰ ਕੀਤਾ ਜਾ ਰਿਹਾ। ਜਿਵੇਂ ਤੁਸੀਂ ਕਿਹਾ ਹੈ ਕਿ
ਜਸਟਿਸ ਕੁਲਦੀਪ ਸਿੰਘ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆ, ਉਹਨਾਂ ਨੇ ਵੀ ਇਹ ਗੱਲ ਕਹੀ ਆ। ਇਹ ਗੱਲ ਉਹਨਾਂ ਦੀ ਬਿਲਕੁਲ ਦਰੁਸਤ ਆ, ਉਹਨਾਂ ਦੀ ਇਹ ਚਿੰਤਾ ਜਿਹੜੀ ਆ ਉਹ ਬਿਲਕੁਲ ਦਰੁਸਤ ਆ ਕਿ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਖਰਾਬ ਹੋ ਸਕਦੀ ਆ, ਤੇ ਇਹ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਖਰਾਬ ਉਦੋਂ ਹੋਵੇਗੀ ਜਦੋਂ ਇਸਨੂੰ ਦੁਬਾਰਾ ਜੇਲ੍ਹ ਦੇ ਵਿੱਚ ਰੱਖਣ ਦੀ ਗੱਲ ਜਿਹੜੀ ਆ। ਹਰਿੰਦਰ ਸਿੰਘ ਜੀ, ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਆ ਜਿਹੜੀ ਕਿ ਹੁਣੇ ਜਿੱਤੀ ਆ, ਉਹਦਾ ਕੀ ਇਹਦੇ ਬਾਰੇ ਵਤੀਰਾ ਵਾ? ਅਤੇ ਜਿਹੜੇ ਸਾਡੇ ਸਿੱਖ ਆਗੂ ਆ, ਜਿਹੜੀ ਸਾਡੀ ਆ ਕਮੇਟੀਆਂ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਜਿਹਨੂੰ ਕਹਿੰਦੇ ਹਾਂ ਆਪਾਂ, ਉਹਨਾਂ ਦੇ ਕੀ ਬਿਆਨਬਾਜ਼ੀ ਆ? ਕਿਉਂ ਇਹਦੇ ਬਾਰੇ ਉਹ ਕੀ ਸੋਚ ਰਹੇ ਆ, ਕੀ ਕਰਨਗੇ, ਤੁਹਾਨੂੰ ਕੀ ਲੱਗਦਾ ਵਾ? ਦੇਖੋ ਜੀ, ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਜਿਹੜਾ ਉਹ ਨਹੀਂ ਆਇਆ, ਤੇ ਨਾ ਹੀ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਜਿਹੜਾ ਆ ਉਹ ਆਇਆ ਆ। ਕਿਉਂਕਿ ਇਹ ਹਰਿਆਣਾ ਦੇ ਵਿੱਚ ਹੀ ਇਸਦਾ ਜਿਹੜਾ CBI ਕੋਰਟ ਸੀਗੀ ਪੰਚਕੂਲਾ ਦੀ, ਉੱਥੇ ਹੀ ਮਾਮਲਾ ਜਿਹੜਾ ਆ ਉਹ ਦਰਜ ਸੀਗਾ, ਤੇ ਹਰਿਆਣਾ ਦੇ ਵਿੱਚ ਹੀ ਇਹ ਡੇਰਾ ਜਿਹੜਾ ਸਿਰਸਾ ਆ ਉਹ ਆ। ਇਸ ਕਰਕੇ ਇਸ ਸਮੁੱਚੇ ਮਾਮਲੇ ਦੇ ਵਿੱਚ ਹਰਿਆਣਾ ਦੀ ਸਰਕਾਰ ਜਿਹੜੀ ਆ ਉਹੀ ਇਨਵੋਲਵ ਹੈਗੀ ਆ। ਦੂਸਰੀ ਗੱਲ ਇਹ ਆ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤਾਂ ਜਿਹੜੇ ਇਸ ਦੇ ਉੱਤੇ ਮਾਮਲਿਆਂ ਦੇ ਤਹਿਤ ਇਸਨੂੰ ਸਜ਼ਾ ਜਿਹੜੀ ਆ ਉਹ ਹੋਈ ਆ, ਉਹ ਸਾਧਵੀਆਂ ਜਿਹੜੀਆਂ ਉਹਨਾਂ ਦੇ ਨਾਲ ਜਬਰ ਜਨਾਹ ਦਾ ਮਾਮਲਾ, ਤੇ ਪੱਤਰਕਾਰ ਛਤਰਪਤੀ ਰਾਮ ਚੰਦਰ ਛਤਰਪਤੀ ਜਿਹੜਾ ਸੀਗਾ ਉਸਦੀ ਮੌਤ ਜਿਹੜੀ ਹੋਈ ਸੀਗੀ ਉਸ ਨੂੰ ਲੈ ਕੇ ਮਾਮਲੇ ਜਿਹੜੇ ਆ ਉਹ ਆ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਦੇ ਉੱਤੇ ਜਾਂ ਪੰਜਾਬ ਸਰਕਾਰ ਦਾ ਇਸ ਦੇ ਉੱਤੇ ਅਜੇ ਤੱਕ ਤਾਂ ਕੋਈ ਜਿਹੜਾ ਪ੍ਰਤੀਕਰਮ ਆ ਉਹ ਨਹੀਂ ਆਇਆ, ਤੇ ਸ਼ਾਇਦ ਆਵੇਗਾ ਵੀ ਨਹੀਂ, ਕਿਉਂਕਿ ਇਸ ਮਾਮਲੇ ਨੂੰ ਲੈ ਕੇ ਜਿਹੜਾ ਆ ਉਹ ਡੇਰਾ ਪ੍ਰੇਮੀਆਂ ਨੇ ਜਿਹੜੀ ਵਿਅਕਤੀ ਦੀ ਗੱਲ ਆ ਉਸ ਚੀਜ਼ ਨੂੰ ਲੈ ਕੇ ਪਹਿਲਾਂ ਹੀ ਜਿਹੜੀ ਤਫਤੀਸ਼ ਆ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਜਿਹੜੀ ਚੱਲ ਰਹੀ ਆ, ਉਸੇ ਦੇ ਦੌਰਾਨ ਹੀ ਮਹਿੰਦਰਪਾਲ ਬਿੱਟੂ ਦਾ ਜਿਹੜਾ ਕਤਲ ਹੋਇਆ ਆ ਉਸ ਚੀਜ਼ ਨੂੰ ਲੈ ਕੇ ਪੰਜਾਬ ਦਾ ਮਾਹੌਲ ਜਿਹੜਾ ਆ ਉਹ ਪਹਿਲਾਂ ਹੀ ਇੱਥੇ ਜਿਹੜਾ ਆ ਉਹ ਕਾਫੀ ਵੱਡੀ ਗਿਣਤੀ ਚ ਪੁਲਿਸ ਦੇ ਨਾਲ ਨਾਲ ਮੀਂਹ ਫੌਜੀ ਬਲ ਵੀ ਤੈਨਾਤ ਕੀਤੇ ਗਏ ਸੀਗੇ ਕਿ ਮਹਿੰਦਰਪਾਲ ਬਿੱਟੂ ਦੀ ਮੌਤ ਤੋਂ ਬਾਅਦ ਦੇ ਵਿੱਚ ਕੋਈ ਹਲਚਲ ਜਿਹੜੀ ਪੰਜਾਬ ਦੇ ਵਿੱਚ ਨਾ ਹੋਵੇ। ਸੋ ਅਜਿਹਾ ਕੋਈ ਵੀ ਸਿਆਸੀ ਬਿਆਨ ਜਿਹੜਾ ਆਇਆ ਜਾਂ ਸਿਆਸੀ ਤੌਰ ਦੇ ਉੱਤੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀ ਕੋਈ ਪ੍ਰਤੀਕਿਰਿਆ ਇਸ ਦੇ ਉੱਤੇ ਨਹੀਂ ਆਈ, ਸ਼ਾਇਦ ਇਸ ਦੇ ਉੱਤੇ ਆਵੇ ਨਹੀਂ, ਕਿਉਂਕਿ ਮਹਿੰਦਰਪਾਲ ਸਿੰਘ ਦਾ ਜੇ ਸੰਸਕਾਰ ਵੀ ਨਹੀਂ ਕੀਤਾ ਕਿਤੇ ਇਹੀ ਤਾਂ ਨਹੀਂ ਗਾ ਬਹਾਨਾ ਕਿ ਪਰੋਲ ਤੇ ਛੱਡ ਦਿੱਤਾ ਜਾਵੇ ਤੇ ਮੈਂ ਜਾ ਕੇ ਆਪਣੇ ਹੱਥੀਂ ਸੰਸਕਾਰ ਕਰਾਂ? ਜੇ ਮਹਿੰਦਰਪਾਲ ਦਾ ਜਿਹੜਾ ਵਾ ਡੇਰੇ ਵਾਲੇ ਉਹਨਾਂ ਨੇ ਸੰਸਕਾਰ ਵੀ ਨਹੀਂ ਕੀਤਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਸ ਸਰਕਾਰ ਜਿਹੜੀ ਹੈ ਸਰਕਾਰ ਉਹ ਗੱਲ ਨਹੀਂ ਹੈਗੀ ਕਿ ਉਹਨੇ ਆ ਕੇ ਸੰਸਕਾਰ ਜਿਹੜਾ ਆ ਉਹ ਕਰਨਾ ਆ। ਮੈਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਆ ਕਿ ਮਹਿੰਦਰਪਾਲ ਬਿੱਟੂ ਦੀ ਮੌਤ ਜਿਹੜੀ ਹੋਈ ਆ ਉਸ ਦੇ ਉੱਤੇ ਜਿਹੜੇ ਡੇਰਾ ਪ੍ਰੇਮੀ ਆ ਉਹ ਚੁੱਪ ਇਸੇ ਕਰਕੇ ਆ ਕਿ ਉਹਨਾਂ ਨੂੰ ਇਹ ਹੈਗਾ ਆ ਕਿ ਰਾਮ ਰਹੀਮ ਨੇ ਜੇਕਰ ਆਪਣੀ ਪਰੋਲ ਜਿਹੜੀ ਆ ਉਹ ਲਗਾਈ ਆ ਤਾਂ ਉਸਦੀ ਪਰੋਲ ਜਿਹੜੀ ਆ ਉਹ ਮਨਜ਼ੂਰ ਹੋ ਜਾਵੇ, ਉਸਨੂੰ ਪਰੋਲ ਜਿਹੜੀ ਆ ਉਹ ਮਿਲ ਜਾਵੇ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਜੋ ਵੀ ਉਹਨਾਂ ਨੇ ਅਗਲੀ ਆਪਣੀ ਰਣਨੀਤੀ ਉਡੀਕਣੀ ਆ ਉਹ ਉਡੀਕੀ ਜਾਵੇ। ਸੋ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਖਤਰਾ ਆ ਜੇਕਰ ਰਾਮ ਰਹੀਮ ਬਾਹਰ ਆਉਂਦਾ ਆ। ਮਹਿੰਦਰਪਾਲ ਬਿੱਟੂ ਦੀ ਗੱਲ ਕੀਤੀ ਜਾਵੇ ਤਾਂ ਉਸ ਮਾਮਲੇ ਨੂੰ ਲੈ ਕੇ ਵੀ ਪੰਜਾਬ ਵਾਸਤੇ ਵੀ ਜਿਹੜਾ ਆ ਉਹ ਥੋੜਾ ਜਿਹਾ ਸੰਜੀਦਾ ਬਣ ਜਾਂਦਾ ਹੈ ਕਿ ਜੇਕਰ ਰਾਮ ਰਹੀਮ ਬਾਹਰ ਆਉਂਦਾ ਹੈ ਤਾਂ ਹੋ ਸਕਦਾ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਵੀ ਖਰਾਬ ਜਿਹੜੀ ਆ ਉਹ ਹੋਵੇ। ਉਸ ਤੋਂ ਬਾਅਦ ਦੇ ਵਿੱਚ ਜੇਕਰ ਉਸਨੂੰ ਫਿਰ ਦੁਬਾਰਾ ਰੋਹਤਕ ਜੇਲ੍ਹ ਦੇ ਵਿੱਚ ਭੇਜਣ ਦੀ ਗੱਲ ਜਿਹੜੀ ਆ ਜਦੋਂ ਉਹ ਚੱਲੇਗੀ ਤਾਂ ਉਦੋਂ ਵੀ ਸਥਿਤੀ ਜਿਹੜੀ ਆ ਉਹ ਪੰਜਾਬ ਹਰਿਆਣਾ ਸਾਡੇ ਨਾਲ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਬਲ ਵੀ ਸਾਡੇ ਨਾਲ ਬੈਠੇ ਆ। ਬਲ ਸਾਹਿਬ ਜੀ, ਤੁਸੀਂ ਕੋਈ ਆਪਣੇ ਕੋਈ ਇੱਕ ਦੋ ਮਿੰਟ ਰਹਿ ਗਏ, ਆਪਾਂ ਬ੍ਰੇਕ ਤੇ ਵੀ ਜਾਣਾ, ਕੋਈ ਤੁਸੀਂ ਕੁਐਸਚਨ ਪੁੱਛਣਾ ਚਾਹੋਗੇ ਸ਼ੋਰਟਲੀ ਹਰਿੰਦਰ ਸਿੰਘ ਨੂੰ? ਕਿਉਂਕਿ ਹਰਿੰਦਰ ਸਿੰਘ ਜੀ ਉਧਰ ਆਪਣੇ ਜੇ ਦੇਖੀਏ ਉਧਰ ਖੱਟਰ ਦੀ ਸਰਕਾਰ ਹੈਗੀ ਆ, ਇੱਧਰ ਅਮਰਿੰਦਰ ਸਿੰਘ ਦੀ ਸਰਕਾਰ ਹੈਗੀ ਆ, ਔਰ ਦੋਵੇਂ ਇਹ ਗੇਮ ਖੇਡ ਰਹੇ ਆ, ਵੋਟਾਂ ਦੀ ਗੇਮ ਖੇਡ ਰਹੇ ਆ, ਔਰ ਉਹ ਆਪਣੇ ਪੰਜਾਬ ਦੇ ਵਿੱਚ ਵਕਾਰ ਬਣਾਉਣਾ ਚਾਹੁੰਦੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ। ਸੋ ਮੋਦੀ ਸਰਕਾਰ ਦੇ ਇਹ ਪੂਰਾ ਸਰਕਾਰਾਂ ਦਾ ਹੱਥ ਵਾ ਜਿਹੜੀ ਗੇਮ ਆ। ਜੇ ਤੁਸੀਂ ਕੀ ਸੋਚਦੇ ਹੈਗੇ ਵੀ ਜੇ ਇਹ ਇਹਨਾਂ ਨੂੰ ਆਖਿਆ ਜਾਵੇ, ਜਿਹੜੀ ਪਹਿਲੋਂ ਨੁਕਸਾਨ ਹੋਇਆ ਪੰਜਾਬ ਦਾ, ਜਿਹੜੇ ਮੰਤਰੀ ਕਹਿੰਦੇ ਉਹਦਾ ਚਾਲ ਚੱਲਣ ਬੜਾ ਚੰਗਾ, ਉਹਨਾਂ ਦੇ ਕੋਲੋਂ ਉਹਦੀ ਭਰਮਾਈ ਕੀਤੀ ਜਾਵੇ ਪਹਿਲੋਂ, ਚਾਲ ਚੱਲਣ ਤਾਂ ਫਿਰ ਹੀ ਚੰਗਾ ਹੋ ਸਕਦਾ ਵੀ ਜਿਹੜਾ ਨੁਕਸਾਨ ਹੋਇਆ ਪਹਿਲੋਂ ਉਹ ਪੂਰਾ ਕੀਤਾ ਜਾਵੇ, ਫਿਰ ਹੀ ਅਸੀਂ ਕਹਿ ਸਕਦੇ ਚਾਲ ਚੱਲਣ ਠੀਕ ਵਾ। ਕੀ ਕਹਿਣਾ ਚਾਹੋਗੇ ਜੀ?
ਚਾਲ ਚੱਲਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚਾਲ ਚੱਲਣ ਜੇ ਉਹਦਾ ਏਡਾ ਹੀ ਚੰਗਾ ਹੁੰਦਾ ਤੇ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਕਿਉਂ ਬੈਠਾ ਹੁੰਦਾ? ਕਿਉਂ ਬੈਠਾ? ਪਹਿਲੀ ਤਾਂ ਗੱਲ ਇਹ ਆ, ਇਹ ਜਿਹੜੀ ਗੱਲ ਆਪਾਂ ਕਰਦੇ ਹਾਂ ਕਿ ਜਿਹੜੀ ਹੁਣ ਚਾਲ ਚੱਲਣ ਦੀ ਗੱਲ ਪੁਲਿਸ ਕਰ ਰਹੀ ਆ ਜਾਂ ਜਿਹੜਾ ਜੇਲ੍ਹ ਦਾ ਡਿਪਾਰਟਮੈਂਟ ਆ ਉਹ ਕਰ ਰਿਹਾ ਆ, ਉਹ ਸਰਕਾਰ ਦੇ ਇਸ਼ਾਰੇ ਦੇ ਉੱਤੇ ਕੰਮ ਜਿਹੜਾ ਆ ਉਹ ਕਰ ਰਿਹਾ ਆ ਕਿ ਉਸਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਇੱਕ ਵਾਰੀ ਬਾਹਰ ਲਿਆਂਦਾ ਜਾਵੇ। ਜਦੋਂ ਕਿਸੇ ਵਿਅਕਤੀ ਨੂੰ ਇੱਕ ਵਾਰ ਪਰੋਲ ਮਿਲ ਜਾਂਦੀ ਆ ਤਾਂ ਫਿਰ ਥੋੜੇ ਥੋੜੇ ਸਮੇਂ ਦੇ ਬਾਅਦ ਦੇ ਵਿੱਚ ਉਸਨੂੰ ਪਰੋਲ ਜਿਹੜੀ ਆ ਉਹ ਮਿਲਣੀ ਸ਼ੁਰੂ ਹੋ ਜਾਂਦੀ ਆ। ਸੋ ਉਸ ਵਾਸਤੇ ਇਹ ਸਰਕਾਰਾਂ ਆਪਣੇ ਆਪ ਹੀ ਰਾਹ ਸੌਖਾ ਕਰ ਰਹੀਆਂ ਨੇ ਕਿ ਇੱਕ ਵਾਰ ਉਸਨੂੰ ਪਰੋਲ ਜੇਕਰ ਦਿੱਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਦੁਬਾਰਾ ਪਰੋਲ ਜਿਹੜੀ ਆ ਫਿਰ ਕੁੱਝ ਮਹੀਨਿਆਂ ਦੇ ਬਾਅਦ ਮਿਲ ਸਕਦੀ ਆ। ਸੋ ਸਰਕਾਰਾਂ ਜਿਹੜੀਆਂ ਆ ਉਹ ਅਕਤੂਬਰ ਦੀ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਹੋਇਆ, ਕਿਉਂਕਿ ਡੇਰੇ ਦਾ ਹੈੱਡਕੁਆਟਰ ਵੀ ਸਿਰਸਾ ਦੇ ਵਿੱਚ ਆ ਤੇ ਬਹੁਤ ਸਾਰੇ ਪੈਰੋਕਾਰ ਵੀ ਜਿਹੜੇ ਆ ਹਰਿਆਣਾ ਦੇ ਨਾਲ ਸੰਬੰਧਿਤ ਹੈਗੇ ਆ। ਸੋ ਇਹੀ ਮੁੱਖ ਕਾਰਨ ਇਸ ਚੀਜ਼ ਦਾ ਹੈਗਾ ਆ। ਉੱਥੇ ਸਰਕਾਰਾਂ ਇਹ ਵੀ ਨਾ ਭੁੱਲਣ ਕਿ ਜੇਕਰ ਉਹ 42 ਦਿਨਾਂ ਵਾਸਤੇ ਬਾਹਰ ਆਉਂਦਾ ਆ ਤਾਂ ਉਹ ਆਪਣੀ ਜਿਹੜੀ ਸਮੁੱਚੀ ਸਲਤਨਤ ਸੀਗੀ ਇੱਥੋਂ ਤੱਕ ਕਿ ਉੱਥੇ ਜਿਹੜਾ ਡੇਰੇ ਦੇ ਅੰਦਰ ਕਰੰਸੀ ਚੱਲਦੀ ਸੀਗੀ ਉਹ ਵੀ ਪਹਿਲਾਂ ਪਤਾ ਲੱਗਾ ਸੀਗਾ ਕਿ ਉਹ ਵੀ ਇਹਨਾਂ ਦੇ ਆਪਣੀ ਬਣਾਈ ਹੋਈ ਆ। ਸੋ ਸਮੁੱਚੀ ਇੱਕ ਸਲਤਨਤ ਰਾਮ ਰਹੀਮ ਦੀ ਜਿਹੜੀ ਆ ਉਸ ਸਿਰਸਾ ਜਿਹੜਾ ਡੇਰਾ ਆ ਉਸ ਦੇ ਅੰਦਰ ਚੱਲਦੀ ਸੀਗੀ। ਸੋ ਉਸ ਚੀਜ਼ ਨੂੰ ਦੁਬਾਰਾ ਮਜ਼ਬੂਤ ਕਰਨ ਦੇ ਵਾਸਤੇ ਰਾਮ ਰਹੀਮ ਜਿਹੜਾ 42 ਦਿਨਾਂ ਦੇ ਵਿੱਚ ਪੂਰਾ ਢੰਗ ਤਰੀਕੇ ਨਾਲ ਕੰਮ ਜਿਹੜਾ ਆ ਉਹ ਕਰੇਗਾ ਤੇ ਇੱਕ ਵਾਰ ਫਿਰ ਆਪਣੇ ਵਰਕਰਾਂ ਦੇ ਵਿੱਚ ਆਪਣੇ ਕੰਮ ਕਰਨ ਵਾਲਿਆਂ ਦੇ ਵਿੱਚ ਜਿਹੜੀਆਂ ਉਹਨੇ ਕਮੇਟੀਆਂ ਬਣਾਈਆਂ ਸੀਗੀਆਂ ਚਾਹੇ ਉਹ ਸਿਆਸੀ ਵਿੰਗ ਸੀਗਾ ਉਸਦਾ ਜਾਂ ਜਿਹੜੇ ਵੀ ਉਹਦੇ ਵਿੰਗ ਸੀਗੇ ਉਹਨਾਂ ਨੂੰ ਦੁਬਾਰਾ ਮਜ਼ਬੂਤ ਕਰੇਗਾ। ਉਹਨਾਂ ਦੇ ਵਿੱਚ ਫਿਰ ਦੁਬਾਰਾ ਇੱਕ ਵਾਰੀ ਆ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਨਵੀਂ ਰੂਹ ਫੂਕੇਗਾ। ਸੋ ਇਸ ਚੀਜ਼ ਦੇ ਨਾਲ ਜੇਕਰ ਉਹ 42 ਦਿਨਾਂ ਵਾਸਤੇ ਬਾਹਰ ਆਉਂਦਾ ਆ ਤਾਂ ਸਰਕਾਰ ਵੋਟਾਂ ਵਾਸਤੇ ਸਾਰਾ ਕੁਛ ਕਰ ਰਹੀ ਆ। ਦੂਸਰੇ ਪਾਸੇ ਵੀ ਦੇਖਿਆ ਜਾਵੇ ਕਿ ਉਹ ਆਪਣੇ ਆਪ ਨੂੰ 42 ਦਿਨਾਂ ਦੇ ਵਿੱਚ ਜੇਕਰ ਉਸਨੂੰ ਦੁਬਾਰਾ ਜੇਲ੍ਹ ਦੇ ਵਿੱਚ ਭੇਜਦੇ ਵੀ ਆ ਕਿ ਭੇਜਦੇ ਆ ਅਬਲ ਤੇ ਇਸ ਚੀਜ਼ ਦਾ ਸ਼ੰਕਾ ਆ ਕਿ ਉਸਨੂੰ 42 ਦਿਨਾਂ ਦੇ ਬਾਅਦ ਜੇਲ੍ਹ ਭੇਜਿਆ ਹੀ ਨਹੀਂ ਜਾਵੇਗਾ, ਉਸਨੂੰ ਬਾਹਰ ਹੀ ਰਹਿਣ ਦਿੱਤਾ ਜਾਵੇਗਾ। ਇਸ ਚੀਜ਼ ਦਾ ਸ਼ੰਕਾ ਜਿਹੜਾ ਰਾਮ ਚੰਦਰ ਛਤਰਪਤੀ ਦਾ ਪਰਿਵਾਰ ਵੀ ਹਰਿੰਦਰ ਸਿੰਘ ਜੀ ਅਸੀਂ ਤੁਹਾਨੂੰ ਇੱਥੇ ਤੁਹਾਂ ਜਾਣਕਾਰੀ ਦਿੱਤੀ ਹੈ, ਤੁਹਾਡਾ ਇੱਥੇ ਧੰਨਵਾਦ ਕਰਦੇ ਹਾਂ। ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਂ ਕਿਸੇ ਦਾ ਲਿਹਾਜ਼ ਨਹੀਂ ਰੱਖਦਾ। ਤੁਸੀਂ ਬੜੀ ਲੰਮੀ ਚੌੜੀ ਜਿਹੜੀ ਆ ਉਹ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ। ਪਿਆਰੇ ਦਰਸ਼ਕੋ, ਤੁਸੀਂ ਪ੍ਰਸ਼ਾਦਾ ਛਕ ਲਿਆ ਹੋਣਾ ਵਾ ਅਤੇ ਜਿਨ੍ਹਾਂ ਨਹੀਂ ਛਕਿਆ ਛਕ ਲੈਣ। ਛੋਟੀ ਜਿਹੀ ਬ੍ਰੇਕ 'ਤੇ ਜਾਂਦੇ ਹਾਂ ਅਤੇ ਲੈਣਾ ਖੁੱਲੀਆਂ ਵਾਂ ਜਿਸ ਤਰ੍ਹਾਂ ਹੀ ਸਵੇਰੇ ਲੈਣਾ ਖੁੱਲੀਆਂ 3-4 ਘੰਟੇ। ਚੈਨਲ ਤੁਹਾਡਾ ਆਪਣਾ ਵਾਂ, ਤੁਹਾਨੂੰ ਹੱਕ ਆ, ਤੁਸੀਂ ਸਾਡੀ ਸਪੋਰਟ ਕਰਦੇ ਜੇ। ਸਿੱਖ ਚੈਨਲ ਤੁਹਾਡੀ ਜਾਨ ਆ, ਤੁਹਾਡੇ ਦਿਲਾਂ ਦੀ ਧੜਕਣ ਆ। ਆਓ ਜਿਨ੍ਹਾਂ ਨਹੀਂ ਪ੍ਰਸ਼ਾਦਾ ਛਕਿਆ, ਚਾਹ ਪਾਣੀ ਨਹੀਂ ਪੀਤਾ, ਚਾਹ ਪਾਣੀ ਪੀ ਲਓ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਲੈਣਾ ਖੋਲ੍ਹਾਂਗੇ ਔਰ ਤੁਸੀਂ ਵੀ ਜਿਹੜਾ ਵਾ ਵੱਧ ਤੋਂ ਵੱਧ ਸਾਡੇ ਨਾਲ ਰਾਮ ਰਹੀਮ ਬਾਰੇ ਗੱਲ ਕਰ ਸਕਦੇ ਜੇ ਉਹ ਜਿਹੜਾ ਵਾ ਜ਼ਮਾਨਤ ਮੰਗ ਰਿਹਾ ਵਾ। ਆਓ ਇੱਥੇ ਹੀ ਫਤਿਹ ਬੁਲਾਉਂਦੇ ਹਾਂ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤਾਂ ਹਰਿੰਦਰ ਸਿੰਘ ਜੀ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।